ਟਰਾਈ ਕਰਿਓਗੇ ਜਿਹਦੇ ਚ ਅਰਵਿੰਦਰ ਦੇ ক্লোਜ਼ ਤੇ ਜਾ ਡਾਇਰੈਕਟਰ ਸਾਹਿਬ ਆ ਜੋ ਵੇਲ ਹੈਗੀ ਤੇ ਚੱਲੀਏ ਹਾਂਜੀ ਹਾਂਜੀ ਬਈ ਆਪਾਂ ਕਰਦੇ ਹਾਂ ਠੀਕ ਹੈ ਬਈ ਤੁਸੀਂ ਇੱਕ ਵਾਰੀ ਗੇੜਾ ਦੇ ਕੇ ਆਜੋ ਜਰਪ੍ਰੀਤ ਸਿੱਧੂ ਸਾਡੇ ਨਾਲ ਨੇ ਪਲੀਜ਼ ਕਿਲਮੀ ਹੁਣੇ ਹੁਣੇ ਰਿਲੀਜ਼ ਹੋਈ ਹੈ ਤੁਸੀਂ ਵੇਖੀ ਭਾਜੀ ਬਹੁਤ ਆਨੰਦ ਆਇਆ ਫਿਲਮ ਵੇਖ ਕੇ ਮੈਂ ਜਗਜੀਤ ਹੁਣਾਂ ਨਾਲ ਵੀ ਗੱਲ ਕਰਦਾ ਸੀ ਬੜਾ ਟਾਈਮ ਲੱਗ ਜਾਣਾ ਛੋਟੇ ਛੋਟੇ ਸੀਨਾਂ ਨੂੰ ਹਾਂ ਬਈ ਫਿਰ ਪ੍ਰੋਪਰ ਮੈਨੇਜ ਕਰਕੇ ਜਗਜੀਤ ਦਾ ਰੋਲ ਤੈਅ ਸੀਗਾ ਕਹਾਣੀ ਉਸ ਹਿਸਾਬ ਨਾਲ ਬਣੀ ਸੀ ਕਿ ਕਹਾਣੀ ਉਹੀ ਹੈ ਇੱਕ ਹੀਰੋ ਹੈ ਹੀਰੋ ਨਾਲ ਧੋਖਾ ਹੋਇਆ ਉਹ ਆਪਦੇ ਧੋਖੇ ਦਾ ਬਦਲਾ ਲੈਂਦਾ ਸਲਮਾਨ ਖਾਨ ਕਹਿੰਦਾ ਮੈਂ ਤਾਂ ਜਦੋਂ 80 ਸਾਲ ਦਾ ਹੋ ਗਿਆ ਮੈਂ ਤਾਂ ਵੀ ਜਵਾਨ ਹੋ ਕੇ ਆਊਂਗਾ ਫਿਲਮਾਂ 'ਚ ਫਿਲਮ 'ਚ ਕਰੈਕਟਰ ਇੱਕ ਬਹੁਤ ਕਮਾਲ ਦਾ ਜਗਜੀਤ 'ਤੇ ਵੀ ਆਪਾਂ ਹੋਰ ਗੱਲ ਕਰਦੇ ਹਾਂ ਅੱਛਾ ਆਪਣੀ ਇੰਟਰਵਿਊ ਚੱਲ ਰਹੀ ਸੀ ਇਹ ਜੱਜ ਸਾਹਿਬ ਦਾ ਜੀ ਮੈਂ ਕਿਹਾ ਕਿਤੇ ਵੈਸੇ ਗੱਲਾਂ ਕਰੀ ਨਾ ਮੈਂ ਤਾਂ ਸੀਰੀਅਸਲੀ ਮੈਂ ਤੁਸੀਂ ਬੜਾ ਹੀ ਆਏ ਜੇ ਸ਼ੁਰੂ ਕਰ ਲਿਆ ਦੁਬਾਰੇ ਕਰ ਲਈਏ ਯਾਰ ਤੁਸੀਂ ਇੱਕ ਵਾਰੀ ਗੇੜਾ ਦੇ ਕੇ ਆਜੋ ਜਰਪ੍ਰੀਤ ਸਿੱਧੂ ਸਾਡੇ ਨਾਲ ਨੇ ਪਲੀਜ਼ ਕਿਲਮੀ ਦੀ ਕਹਾਣੀ ਕਿਵੇਂ ਔੜਦੀ ਹੈ ਕਹਾਣੀਆਂ ਤਾਂ ਇੱਦਾਂ ਦੀਆਂ ਵਾਪਰਦੀਆਂ ਰਹਿੰਦੀਆਂ ਪਿਛਲੇ ਸਮੇਂ 'ਚ ਕਾਫੀ ਟਾਈਮ ਤੋਂ ਇੱਦਾਂ ਦਾ ਚੱਲਦਾ ਪਿੱਛੇ ਜੇ ਉਜਾਗਰ ਵੀ ਹੋਣ ਲੱਗੇ ਇੱਦਾਂ ਦੇ ਮੁੱਦੇ ਤੋ ਖੈਰ ਤੁਹਾਡੀ ਫਿਲਮ ਵੀ ਕਾਫੀ ਚਿਰ ਤੋਂ ਬਣ ਰਹੀ ਹੋਵੇਗੀ ਪਿੱਛੇ ਜੇ ਨਿਕਲੇ ਵੀ ਇਹ ਮੁੱਦੇ ਹੈ ਨਾ ਇਹ ਕਹਾਣੀ ਕਿਵੇਂ ਆਉਂਦੀ ਹੈ ਵੈਸੇ ਵੀ ਇਹਨੂੰ ਲੈ ਕੇ ਐਕਸਪੈਰੀਮੈਂਟ ਕੀਤਾ ਜਾਣਾ ਚਾਹੀਦਾ ਜਿੱਥੇ ਇੱਕ ਪਾਸੇ ਰੈਟਰੋ ਸਿਨੇਮਾ ਦਾ ਦੌਰ ਹੈ ਕਾਮੇਡੀ ਚੱਲ ਰਹੀ ਹੈ ਤੁਸੀਂ ਪਹਿਲੀ ਗੱਲ ਕਹਾਣੀ ਔੜੀ ਕਿਵੇਂ ਹੈ ਵੀ ਇੱਥੇ ਕੰਮ ਕਰਦੇ ਹਾਂ ਇਹ ਮੁੰਡਾ ਬਾਈ ਵਿਕਰਮ ਚੌਹਾਨ ਜੀ ਨੇ ਪਲੀਜ਼ ਕਿਲਮੀ ਦੇ ਵਿੱਚ ਜਿਹੜਾ ਗੋਲਡੀ ਵਾਲਾ ਕਰੈਕਟਰ ਵੀ ਉਹਨੇ ਪਲੇ ਕੀਤਾ ਜਿਹੜਾ ਕੁੜੀ ਦਾ ਬੁਆਏਫ੍ਰੈਂਡ ਜਸਲੀਨ ਦਾ ਬੁਆਏਫ੍ਰੈਂਡ ਆ ਉਹ ਕਰੈਕਟਰ ਉਹਨੇ ਪਲੇ ਕੀਤਾ ਇਹ ਉਹਦੀ ਕਹਾਣੀ ਹੈ ਅੱਛਾ ਕਿ ਇੱਕ ਕੁੜੀ ਪੈਸੇ ਲੈ ਕੇ ਬਾਹਰ ਚਲੀ ਜਾਂਦੀ ਹੈ ਮੁੰਡੇ ਨਾਲ ਧੋਖਾ ਕਰ ਜਾਂਦੀ ਹੈ ਬਾਹਰ ਜਾ ਕੇ ਉਹਨੂੰ ਫੋਨ ਵੀ ਨਹੀਂ ਕਰਦੀ ਅਤੇ ਉਹਦੇ ਧੋਖੇ ਦੇ ਚੱਕਰ 'ਚ ਮੁੰਡਾ ਨੂੰ ਕਾਫੀ ਕੁਛ ਗਵਾਉਣਾ ਪੈਂਦਾ ਹੈ ਅਤੇ ਉਹ ਵਾਪਸ ਆਉਂਦੀ ਹੈ ਤਾਂ ਮੁੰਡਾ ਬਦਲਾ ਲੈਂਦਾ ਹੈ ਨਾ ਸੋ ਜਦੋਂ ਮੇਰੇ ਕੋਲ ਇਹ ਕਹਾਣੀ ਆਈ ਸੀ ਮਤਲਬ ਮੇਰੇ ਕੋਲ ਵਿਕਰਮ ਨਹੀਂ ਸੀ ਲੈ ਕੇ ਆਇਆ ਮੇਰੇ ਕੋਲ ਬੇਸਿਕਲੀ ਪ੍ਰੋਡਿਊਸਰ ਇਹ ਕਹਾਣੀ ਲੈ ਕੇ ਆਏ ਸੀ ਇਹਦੇ 'ਤੇ ਆਪਾਂ ਫਿਲਮ ਬਣਾਉਣੀ ਹੈ ਸੋ ਮਤਲਬ ਇੱਧਰੋਂ ਚੌਪਾਲ ਵੱਲੋਂ ਵੀ ਅਪਰੂਵਡ ਸਟੋਰੀ ਸੀਗੀ ਪਹਿਲਾਂ ਇਹ ਮੈਂ ਜਦੋਂ ਕਹਾਣੀ ਸੁਣੀ ਤਾਂ ਮੈਨੂੰ ਮਤਲਬ ਇਹ ਲੱਗਿਆ ਕਿ ਯਾਰ ਇਹ ਕਿ ਫਿਲਮ ਤਾਂ ਚਲੋ ਇਸ ਮੁੱਦੇ 'ਤੇ ਬਣਨੀ ਚਾਹੀਦੀ ਹੈ ਬਟ ਕਹਾਣੀ ਬਹੁਤ ਜਾਨਣ ਹੈ ਨਾ ਕਿ ਇੱਕ ਹੀਰੋ ਜਿਹੜੀਆਂ ਵੀ ਰਿਵੈਂਜ ਵਾਲੀਆਂ ਫਿਲਮਾਂ ਹੁੰਦੀਆਂ ਇਹੀ ਹੁੰਦਾ ਵੀ ਹੀਰੋ ਨਾਲ ਧੋਖਾ ਕੀਤਾ ਹੁੰਦਾ ਕਿਸੇ ਨਾ ਕਿਸੇ ਨੇ ਚਾਹੇ ਉਹ ਵਿਲਨ ਹੁੰਦੇ ਅਤੇ ਬਾਅਦ ਦੇ ਵਿੱਚ ਉਹ ਬਦਲਾ ਲੈਂਦਾ ਅਤੇ ਉਹਦੇ 'ਚੋਂ ਹੀਰੋਇਜ਼ਮ ਉੱਭਰਦਾ ਹੈ ਨਾ ਮੈਂ ਜਦੋਂ ਇਹਦੀ ਵਨ ਲਾਈਨਰ ਇਹਦਾ ਦੇਖਦੇ ਹਾਂ ਤਾਂ ਵਨ ਲਾਈਨਰ ਇਹੀ ਹੈ ਵੀ ਹੀਰੋ ਨਾਲ ਧੋਖਾ ਹੋਇਆ ਧੋਖੇ ਤੋਂ ਬਾਅਦ ਉਹਨੇ ਹੀਰੋ ਨੇ ਬਦਲਾ ਲਿਆ ਕੁੜੀ ਨੂੰ ਕਿਡਨੈਪ ਕਰੂਗਾ ਰੱਖੂਗਾ ਕੁੱਟ ਮਾਰ ਲੂਗਾ ਟੋਰਚਰ ਕਰ ਲੂਗਾ ਹੈ ਨਾ ਸੋ ਇਹ ਹੈ ਕਿ ਦੂਸਰੇ ਪਾਸੇ ਨੂੰ ਜੇ ਆਪਾਂ ਜਾਵਾਂਗੇ ਕੁੜੀ ਕਿਡਨੈਪ ਹੋਈ ਹੈ ਉਸ ਐਂਗਲ ਤੋਂ ਚੱਲ ਰਹੇ ਹਾਂ ਤਾਂ ਉਹ ਜਿਵੇਂ ਸੋਨੀ ਟੀ ਵੀ 'ਤੇ ਸ਼ੋਅ ਸ਼ੂ ਚੱਲਦੇ ਹੁੰਦੇ ਆ ਕ੍ਰਾਈਮ ਪੈਟਰੋਲ ਟਾਈਪ ਵੀ ਸਾਲਾ ਕਿਤੇ ਉਹ ਕ੍ਰਾਈਮ ਪੈਟਰੋਲ ਵਾਲਾ ਫੀਲ ਜਾਂ ਨਾ ਜੇ ਫਿਲਮ ਵਾਲਾ ਫੀਲ ਵੀ ਲੱਗਣਾ ਚਾਹੀਦਾ ਹੈ ਨਾ ਸੋ ਮੈਨੂੰ ਇਹ ਨਹੀਂ ਸੀ ਸਮਝ ਆ ਰਹੀ ਵੀ ਇਸ ਕਹਾਣੀ ਦੇ ਵਿੱਚ ਮੈਨੂੰ ਇਹ ਲੱਗਦਾ ਸੀ ਕਿ ਫਿਰ ਚਾਹੇ ਅੱਧੇ ਪੌਣੇ ਘੰਟੇ ਦੀ ਹੋਵੇ ਇਹਦੇ 'ਚ 2 ਘੰਟੇ ਕਿਵੇਂ ਬੰਨ ਕੇ ਬਿਠਾਵਾਂਗੇ ਉਹ ਨਹੀਂ ਸੀ ਸਮਝ ਆ ਰਿਹਾ ਕਿ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ ਹੈ ਨਾ ਫਿਰ ਇੱਕਦਮ ਬੈਠੇ ਬੈਠੇ 'ਤੇ ਮੇਰੇ ਸਟ੍ਰਾਈਕ ਕੀਤਾ ਮੈਂ ਕਿਹਾ ਯਾਰ ਵੀ ਜੇ ਇਸੇ ਚੀਜ਼ ਤੋਂ ਆਪਾਂ ਭੱਜਾਂਗੇ ਤਾਂ ਫਿਰ ਮੇਕਰ ਕਾਹਦੇ ਹੈ ਨਾ ਸੋ ਜੇ ਤੁਸੀਂ ਮੇਕਰ ਹੋ ਤਾਂ ਫਿਰ ਤੁਹਾਡੇ 'ਚ ਉਹ ਚੈਲੇਂਜ ਐਕਸੈਪਟ ਕਰਨ ਦਾ ਜਿਗਰਾ ਹੌਸਲਾ ਉਹ ਹੋਣਾ ਚਾਹੀਦਾ ਹੈ ਨਾ ਸੋ ਫਿਰ ਮੈਂ ਕਿਹਾ ਨਹੀਂ ਯਾਰ ਇਹ ਕਰਦੇ ਹਾਂ ਸੋ ਇਹਨੂੰ ਇਸੇ ਨੂੰ ਇੰਟਰਸਟਿੰਗ ਬਣਾਉਣਾ ਅਤੇ ਇਹਦੇ 'ਚ ਹੀ ਆਪਾਂ 2 ਘੰਟੇ ਲੋਕਾਂ ਨੂੰ ਬੰਨ ਕੇ ਬਿਠਾਉਣਾ ਸੋ ਫਿਰ ਕਈ ਦਿਨ ਦੀ ਡਿਸਕਸ਼ਨ ਅਤੇ ਸੋਚ ਵਿਚਾਰ ਤੋਂ ਬਾਅਦ ਫਿਰ ਜਿਹੜੀ ਫਿਲਮ ਹੁਣ ਸਾਹਮਣੇ ਹੈ ਸੋ ਉਹਦਾ ਇੱਕ ਸਕਰੀਨ ਪਲੇ ਨਿਕਲ ਕੇ ਆਇਆ ਸੋ ਜਦੋਂ ਸਕਰੀਨ ਬਸ ਉਹਦੇ ਵਾਸਤੇ ਇਹ ਹੈ ਵੀ ਸਾਡੇ ਕੋਲ ਕੋਈ ਬਹੁਤਾ ਲੰਬਾ ਚੌੜਾ ਟਾਈਮ ਹੈ ਨਹੀਂ ਸੀ ਕਿਉਂਕਿ ਜਗਜੀਤ ਦੀ ਨਾ ਉਸ ਤੋਂ ਬਾਅਦ ਹੌਟ ਸਟਾਰ ਦੀ ਇੱਕ ਵੈਬ ਸੀਰੀਜ਼ ਸਟਾਰਟ ਹੋਣੀ ਸੀ ਸੋ ਸਾਡੇ ਕੋਲ ਸਿਰਫ 1 ਮਹੀਨਾ ਸੀ ਉਸੇ 1 ਮਹੀਨੇ ਦੇ ਵਿੱਚ ਅਸੀਂ ਸ਼ੂਟ ਵੀ ਖਤਮ ਕਰਨਾ ਸੀ ਉਸੇ 1 ਮਹੀਨੇ ਦੇ ਵਿੱਚ ਬਾਕੀ ਦੀ ਕਾਸਟਿੰਗ ਵੀ ਕਰਨੀ ਸੀ ਲੋਕੇਸ਼ਨਸ ਫਾਈਨਲ ਕਰਨੀਆਂ ਸੀ ਕੋਸਟਿਊਮਸ ਬਣਾਉਣੇ ਸੀ ਅਤੇ ਸਕਰੀਨ ਪਲੇ ਵੀ ਲਿਖਣਾ ਸੀ ਇਹ ਹੋਰ ਇੱਕ ਵੱਡਾ ਚੈਲੇਂਜ ਆ ਗਿਆ ਮਤਲਬ ਪਹਿਲਾਂ ਤਾਂ ਚੈਲੇਂਜ ਸੀ ਉਹ ਮੈਨੂੰ ਇਹ ਸੀ ਕਿ ਉਸ ਚੈਲੇਂਜ ਤੋਂ ਆਪਾਂ ਚਲੋ ਪਾਰ ਹੋ ਜਾਵਾਂਗੇ
ਜਦੋਂ ਹਾਂ ਕਰਤੀ ਉਸ ਤੋਂ ਬਾਅਦ ਜਦੋਂ ਜਗਜੀਤ ਨਾਲ ਗੱਲ ਹੋਈ ਜਗਜੀਤ ਕਹਿੰਦਾ ਵੀ ਮੇਰੇ ਕੋਲ ਆਹੀ ਇੱਕ ਮਹੀਨਾ ਜਾਂ ਫਿਰ ਆਪਾਂ ਜਦੋਂ ਹੌਟ ਸਟਾਰ ਵਾਲੀ ਖਤਮ ਹੋ ਗਈ ਉਸ ਤੋਂ ਬਾਅਦ ਕਰ ਸਕਦੇ ਹਾਂ ਸੋ ਸਟੋਰੀ ਇਹ ਚੌਪਾਲ ਵੱਲੋਂ ਅਪਰੂਵਡ ਸੀ ਚੌਪਾਲ ਲਾਂਚ ਹੋਣਾ ਸੀ ਸੋ ਉਹਨਾਂ ਨੂੰ ਵੀ ਜਿਹੜਾ ਕੰਟੈਂਟ ਸੀਗਾ ਉਹ ਬਹੁਤ ਜਲਦੀ ਚਾਹੀਦਾ ਸੀਗਾ ਸੋ ਫਿਰ ਦੂਜਾ ਚੈਲੇਂਜ ਇਹ ਆ ਗਿਆ ਕਿ ਕਰਨਾ ਵੀ ਕੰਮ ਘੈਂਟ ਹੈ ਅਤੇ ਕਰਨਾ ਵੀ ਇੱਕ ਮਹੀਨੇ ਦੇ ਵਿੱਚ ਹੀ ਹੈ ਸੋ ਮਤਲਬ ਤਿੰਨ ਚਾਰ ਕੁ ਦਿਨ ਦੇ ਵਿੱਚ ਇਹ ਸਕਰੀਨ ਪਲੇ ਡਾਇਲੋਗ ਸਾਰਾ ਕੁਛ ਹੀ ਲਿਖਿਆ ਗਿਆ ਅਤੇ ਬਣ ਕੇ ਹੁਣ ਤੁਹਾਡੇ ਸਾਹਮਣੇ ਹੀ ਹੈ ਜੋ ਬਣਿਆ ਰਿਵਿਊਜ਼ 'ਚ ਆ ਰਿਹਾ ਵੀ ਚੌਪਾਲ ਦੀ ਟੌਪ ਰੇਟਡ ਮੂਵੀ ਇਹੀ ਹੈ ਪਲੀਜ਼ ਕਿਲ ਮੀ ਕਿਵੇਂ ਦਾ ਲੱਗਦਾ ਜਦੋਂ ਤੁਸੀਂ ਇੱਦਾਂ ਦਾ ਪ੍ਰੋਜੈਕਟ ਕਰਦੇ ਹੋ ਅਤੇ ਇੰਨਾ ਸਰਾਹਿਆ ਜਾਂਦਾ ਨਹੀਂ ਬਈ ਬਹੁਤ ਵਧੀਆ ਲੱਗਦਾ ਜਦੋਂ ਤੁਹਾਨੂੰ ਇੰਨੀ ਜ਼ਿਆਦਾ ਐਪਰੀਸ਼ੀਏਸ਼ਨ ਮਿਲਦੀ ਹੈ ਕਿ ਇਹ ਜਿਹੜੀ ਪਲੀਜ਼ ਕਿਲ ਮੀ ਦੀ ਜਿਹੜੀ ਐਪਰੀਸ਼ੀਏਸ਼ਨ ਸੀ ਜਿਹੜੀ ਮੈਂ ਫੀਲ ਕੀਤੀ ਹੈ ਹੈ ਨਾ ਮੈਨੂੰ ਜਦੋਂ ਤੱਕ ਫਿਲਮ ਰਿਲੀਜ਼ ਨਹੀਂ ਸੀ ਹੋਈ ਉਦੋਂ ਤੱਕ ਮੈਨੂੰ ਇਹ ਸੀਗਾ ਕਿ ਮੇਰੀ ਫਿਲਮ ਹੈ ਜਿਹੜੀ ਉਹ OTT 'ਤੇ ਰਿਲੀਜ਼ ਹੋ ਰਹੀ ਹੈ ਹੈ ਨਾ ਮਤਲਬ ਕੋਈ ਗਿਲਾ ਸ਼ਿਕਵਾ ਜਾਂ ਦੁੱਖ ਨਹੀਂ ਸੀ ਵੈਸੇ ਦੱਸ ਰਿਹਾ ਤੁਹਾਨੂੰ ਹੁਣ ਉਹਦਾ ਫੀਲ ਹੋਰ ਹੁੰਦਾ ਹਾਂ ਉਹਦਾ ਫੀਲ ਤਾਂ ਹੋਰ ਹੁੰਦਾ ਵੈਸੇ ਤੁਹਾਨੂੰ ਮੈਂ ਦੱਸ ਰਿਹਾ ਕਿ ਉਦੋਂ ਤੱਕ ਮੇਰੇ ਧਿਆਨ 'ਚ ਸੀ ਕਿ ਇਹ ਫਿਲਮ ਹੈ ਜਿਹੜੀ OTT 'ਤੇ ਰਿਲੀਜ਼ ਹੋਣੀ ਹੈ ਉਸ ਤੋਂ ਬਾਅਦ ਜਦੋਂ ਇਹ ਫਿਲਮ ਰਿਲੀਜ਼ ਹੋਈ ਜਿਹੜੇ ਮੈਨੂੰ ਫੋਨ ਕਾਲਸ ਆਉਣੀਆਂ ਸ਼ੁਰੂ ਹੋਈਆਂ ਜਿਹੜੇ ਰਿਵਿਊਜ਼ ਆਉਣੇ ਸ਼ੁਰੂ ਹੋਏ ਅਤੇ ਜਿਹੜੀ ਇੱਕਦਮ ਹੀ ਫਿਲਮ ਸਪਰੈਡ ਹੋ ਗਈ ਬਹੁਤ ਜ਼ਿਆਦਾ ਸੋ ਵਿੱਚੋਂ ਵਿੱਚੋਂ ਤਾਂ ਮੈਂ ਭੁੱਲ ਜਾਂਦਾ ਸੀ ਕਿ ਮੇਰੀ ਫਿਲਮ OTT 'ਤੇ ਰਿਲੀਜ਼ ਹੋਈ ਹੈ ਕਿ ਇਹ ਸਿਨੇਮੇ 'ਚ ਰਿਲੀਜ਼ ਹੋਈ ਹੈ ਮਤਲਬ ਜਿਵੇਂ ਇੱਕ ਸਿਨੇਮੇ ਵਾਲੀ ਫਿਲਮ ਦੀ ਐਪਰੀਸ਼ੀਏਸ਼ਨ ਮਿਲਦੀ ਹੁੰਦੀ ਹੈ ਉਸ ਤਰੀਕੇ ਦੀ ਐਪਰੀਸ਼ੀਏਸ਼ਨ ਮਿਲੀ ਸੋ ਬਹੁਤ ਖੁਸ਼ੀ ਹੁੰਦੀ ਹੈ ਬਈ ਕਿਉਂਕਿ ਮਿਹਨਤ ਕੀਤੀ ਹੈ ਸਾਰੀ ਟੀਮ ਦੀ ਮਿਹਨਤ ਹੁੰਦੀ ਹੈ ਜਗਜੀਤ ਨਾਲ ਗੱਲ ਹੋਈ ਸੀ ਕਹਿੰਦੇ ਮੈਂ ਤਾਂ ਚਾਹੁੰਦਾ ਸੀ ਹੋਰ ਖੁਸ਼ੀ ਹੋਣੀ ਸੀ ਜੇ ਸਿਨੇਮੇ 'ਚ ਲੱਗਦੀ ਹਾਂ ਐਕਚੁਅਲੀ ਜਦੋਂ ਫਿਲਮ ਬਣ ਕੇ ਐਡਿਟ ਹੋ ਕੇ ਜਦੋਂ ਆਈ ਮੇਰੇ ਕੋਲ ਤਾਂ ਮੈਂ ਘਰ ਹੀ ਬੁਲਾ ਕੇ ਦਿਖਾਈ ਜਗਜੀਤ ਨੂੰ ਸੋ ਜਦੋਂ ਉਹਨੇ ਪ੍ਰਿਵਿਊ ਕੀਤਾ ਤਾਂ ਪ੍ਰਿਵਿਊ ਕਰਨ ਤੋਂ ਬਾਅਦ ਉਹਦਾ ਸਭ ਤੋਂ ਪਹਿਲਾ ਵਰਡ ਇਹ ਸੀਗਾ ਸੋ ਆਪਾਂ ਨੂੰ ਹੁੰਦਾ ਨਾ ਕਿ ਆਪਾਂ ਦੇਖ ਰਹੇ ਹਾਂ ਕਿ ਉਹਨੇ ਹੁਣ ਪੂਰੀ ਫਿਲਮ ਦੇਖੀ ਹਲੇ ਡੱਬਿੰਗ ਵੀ ਨਹੀਂ ਸੀ ਹੋਈ ਉਦੋਂ ਡੱਬਿੰਗ ਸਟਾਰਟ ਕਰਨ ਤੋਂ ਪਹਿਲਾਂ ਕਿ ਇਹਨਾਂ ਨੂੰ ਪੂਰੀ ਫਿਲਮ ਦੇਖੀ ਹੈ ਤਾਂ ਯਾਰ ਕੀ ਕਹੂਗਾ ਥੋੜ੍ਹਾ ਹਰ ਵਾਰੀ ਹੁੰਦਾ ਨਾ ਤੁਹਾਨੂੰ ਇਮਤਿਹਾਨ ਦੇਣ ਟਾਈਪ ਹੀ ਹੁੰਦਾ ਮੈਂ ਵੇਟ ਕਰ ਰਿਹਾ ਸੀ ਵੀ ਇਹ ਚੰਗੀ ਕਹੂਗਾ ਜਾਂ ਮਾੜੀ ਕਹੂਗਾ ਜਾਂ ਕਹੂਗਾ ਇਹਦੇ 'ਚ ਕਮੀਆਂ ਪੇਸ਼ੀਆਂ ਕੀ ਨੇ ਸੋ ਉਹਦਾ ਪਹਿਲਾ ਵਰਡ ਇਹੀ ਸੀ ਕਹਿੰਦਾ ਯਾਰ ਬਾਈ ਇਹ ਤਾਂ ਸਿਨੇਮੇ ਵਾਲੀ ਫਿਲਮ ਹੈ ਯਾਰ ਸਿਨੇਮੇ 'ਚ ਹੋਣੀ ਚਾਹੀਦੀ ਹੈ ਕਿਉਂਕਿ ਉਹ ਸੀਨਸ ਨੂੰ ਵੇਖ ਕੇ ਬਹੁਤ ਕਮਾਲ ਦਾ ਲੱਗਦਾ ਵੀ ਬਰੋਡ ਵਾਈਡਰ ਸ਼ਾਰਟਸ ਵੇਨੇ ਆ ਮੈਨੂੰ ਬਈ ਵੈਸੇ ਵੀ ਫਿਲਮ ਦੀ ਜਿਹੜੀ ਲੁੱਕ ਐਂਡ ਫੀਲ ਜਿਹੜਾ ਬਣਿਆ ਹੋਇਆ ਜਿਹੜੀ ਟੋਨ ਵੀ ਉਹਦੀ ਬਣੀ ਹੋਈ ਹੈ ਉਹ ਸਾਰੀਆਂ ਚੀਜ਼ਾਂ ਵੱਡੀ ਸਕਰੀਨ ਦੀ ਡਿਮਾਂਡ ਹੀ ਕਰਦੀਆਂ ਨੇ ਮੈਨੂੰ ਕਈ ਪਰਸਨਲ ਮੈਸੇਜਿਸ ਆਏ ਮੈਨੂੰ ਵੀ ਆਏ ਜਗਜੀਤ ਨੂੰ ਵੀ ਆਏ ਜਿਹਦੇ 'ਚ ਮਤਲਬ ਕੁਛ ਜਿਹੜੇ ਫਿਲਮੀ ਕੀੜੇ ਹੁੰਦੇ ਆ ਨਾ ਜਿਹੜੇ ਪ੍ਰੋਪਰ ਸਿਨੇਮਾ ਲਵਰ ਜਿਹੜੇ ਦੁਨੀਆ ਦੀਆਂ ਸਾਰੀਆਂ ਫਿਲਮਾਂ ਹੀ ਦੇਖੀ ਫਿਰਦੇ ਹੁੰਦੇ ਆ ਫ੍ਰੈਂਚ ਸਿਨੇਮਾ ਵੀ ਇਰਾਨੀ ਸਿਨੇਮਾ ਵੀ ਵਰਲਡ ਸਿਨੇਮਾ ਵੀ ਕੋਰੀਅਨ ਜਿਨ੍ਹਾਂ ਨੇ ਸਾਰਾ ਕੁਛ ਹੀ ਦੇਖਿਆ ਹੁੰਦਾ ਸੋ ਉੱਦਾਂ ਦੇ ਕੁਛ ਬੰਦਿਆਂ ਨੇ ਮੈਨੂੰ ਫੋਨ ਵੀ ਆਏ ਮੈਸੇਜਿਸ ਵੀ ਆਏ ਜਿਨ੍ਹਾਂ ਨੇ ਇਸ ਗੱਲ ਦਾ ਗਿਲਾ ਕੀਤਾ ਕਹਿੰਦੇ ਯਾਰ ਫਿਲਮ ਦੇਖੀ ਬਹੁਤ ਵਧੀਆ ਲੱਗੀ ਪਰ ਇੱਕ ਗੱਲ ਦਾ ਸਾਨੂੰ ਸ਼ਿਕਵਾ ਰਹੂਗਾ ਕਿ ਅਸੀਂ ਸਿਨੇਮੇ 'ਚ ਕਿਉਂ ਨਹੀਂ ਦੇਖ ਸਕੇ ਉੱਥੇ ਜ਼ਿਆਦਾ ਵੱਡਾ ਫੀਲ ਹੋਰ ਉੱਭਰ ਕੇ ਆਉਣੀਆਂ ਸੀ ਹਾਂ ਉੱਥੇ ਉੱਭਰ ਕੇ ਆਉਣੀਆਂ ਸੀਗੀਆਂ ਚਲੋ ਅਸੀਂ ਤਾਂ ਫਿਲਮ ਬਣਾਈ ਹੈ ਮਤਲਬ ਮੈਂ ਇਹ ਤਾਂ ਨਹੀਂ ਕਹੂੰਗਾ ਵੀ ਅਸੀਂ ਬਹੁਤ ਜ਼ਿਆਦਾ ਮਹਾਨ ਫਿਲਮ ਬਣਾ ਤੀ ਉਹਦਾ ਆਪਣੀ ਗੱਲ 'ਚੋਂ ਗੱਲ ਨਿਕਲੀ ਤਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਕੁਛ ਬੰਦਿਆਂ ਨੇ ਇਹ ਗੱਲ ਕਹੀ ਕਿ ਯਾਰ ਪਹਿਲੀ ਵਾਰ ਪੰਜਾਬੀ 'ਚ ਅਸੀਂ ਵਿਜੂਅਲੀ ਅਤੇ ਟ੍ਰੀਟਮੈਂਟ ਵਾਈਜ਼ ਇੰਨੀ ਰਿਚ ਫਿਲਮ ਦੇਖੀ ਹੈ ਸੋ ਤਾਂ ਕਰਕੇ ਸਾਨੂੰ ਫੀਲ ਹੋ ਰਿਹਾ ਕਿ ਯਾਰ ਅਸੀਂ ਆਪਣੀ ਭਾਸ਼ਾ ਦੀ ਇੱਦਾਂ ਦੀ ਫਿਲਮ ਜੇ ਸਿਨੇਮੇ 'ਚ ਦੇਖਦੇ ਤਾਂ ਬਹੁਤ ਜ਼ਿਆਦਾ ਸਵਾਦ ਆਉਣਾ ਸੀ ਬੰਦੇ ਫਿਲਮ ਫੜਨ ਲੱਗੇ ਜਾਂ ਪ੍ਰੋਡਿਊਸਰ ਜਾਂ ਡਾਇਰੈਕਟਰ ਜਾਂ ਐਕਟਰ ਇਹਨਾਂ ਦੇ ਮਨ 'ਚ ਡਰ ਵੀ ਹੁੰਦਾ ਹੈ ਕਿਉਂਕਿ ਇੱਕ ਪਾਸੇ ਚੱਲ ਰਿਹਾ ਰੈਟਰੋ ਸਿਨੇਮਾ ਦਾ ਦੌਰ ਹੈ ਜਾਂ ਕਾਮੇਡੀ ਜੌਨਰ 'ਚ ਆ ਰਹੀ ਤਾਂ ਇੱਕ ਵੱਖਰਾ ਇਸ ਤਰ੍ਹਾਂ ਦਾ ਟ੍ਰੀਟਮੈਂਟ ਦੇਣਾ ਲੀਹੋਂ ਹਟ ਕੇ ਜਦੋਂ ਇੱਦਾਂ ਦਾ ਮਾਹੌਲ ਹੁੰਦਾ ਉਦੋਂ ਹੁੰਦਾ ਡਰ ਇਸ ਪ੍ਰੋਡਿਊਸਰ ਨੂੰ ਜਾਂ ਡਾਇਰੈਕਟਰ ਨੂੰ ਜਾਂ ਐਕਟਰ ਨੂੰ ਤੁਹਾਡੇ ਮਨ 'ਚ ਸੀ ਕੁਛ ਇੱਦਾਂ ਦਾ ਨਹੀਂ ਸਾਡੇ ਮਨ 'ਚ ਤਾਂ ਪਹਿਲੀ ਗੱਲ ਇਹ ਹੈ ਕਿ ਸਾਡੀ ਤਾਂ ਫਿਲਮ ਹੀ OTT ਵਾਸਤੇ ਜਾਣੀ ਸੀ ਪਹਿਲਾਂ ਮੈਂ ਤੁਹਾਡੇ ਦੂਸਰੇ ਸਵਾਲ ਦਾ ਜਵਾਬ ਦਿੰਦਾ ਕਿ ਉਹ ਡਰ ਹੈ ਜਿਹੜਾ ਉਹ ਹਮੇਸ਼ਾ ਹੀ ਹੁੰਦਾ ਅਤੇ ਕਿਉਂਕਿ ਯਾਰ ਫਿਲਮ 'ਤੇ ਕਰੋੜਾਂ ਰੁਪਇਆ ਲੱਗਿਆ ਹੁੰਦਾ ਹੈ ਨਾ ਬਹੁਤ ਮਿਹਨਤ ਵੀ ਲੱਗੀ ਹੁੰਦੀ ਹੈ ਬਹੁਤ ਸਮਾਂ ਲੱਗਿਆ ਹੁੰਦਾ ਅਤੇ ਕਰੋੜਾਂ ਰੁਪਇਆ ਲੱਗਿਆ ਹੁੰਦਾ ਜਿਹਨੇ ਕਰੋੜਾਂ ਰੁਪਇਆ ਲਾਉਣਾ ਆਪਾਂ ਨੂੰ ਮਤਲਬ ਇਹ ਗੱਲ ਕਹਿਣੀ ਬਹੁਤ ਸੌਖੀ ਹੁੰਦੀ ਹੈ ਕਿ ਯਾਰ ਪ੍ਰੋਡਿਊਸਰ 'ਚ ਡਰ ਜਾਂਦੇ ਆ ਘਬਰਾ ਜਾਂਦੇ ਆ ਹੈ ਨਾ ਪਰ ਜਿਹੜੇ ਬੰਦੇ ਨੇ ਪੈਸੇ ਕਮਾ ਕੇ 5-7 ਕਰੋੜ 10 ਕਰੋੜ ਰੁਪਇਆ ਇੱਕ ਪ੍ਰੋਜੈਕਟ 'ਤੇ ਲਾਉਣਾ
ਉਹਦਾ ਟੋਟਲੀ ਬਲਾਈਂਡਲੀ ਲਾ ਰਿਹਾ, ਉਹਦਾ ਕੁਛ ਨਹੀਂ ਪਤਾ ਕਿ ਉਹਦੀ ਰਿਟਰਨ ਆਉਣੀ ਹੈ ਜਾਂ ਨਹੀਂ ਆਉਣੀ, ਤਾਂ ਉਹ ਮਾਰਕੀਟ ਨੂੰ ਸਟੱਡੀ ਕਰਕੇ ਹੀ ਲਾਊਗਾ ਕਿ ਪਿਛਲੇ ਸਮੇਂ ਦੇ ਵਿੱਚ ਕਿਹੜੀਆਂ ਫਿਲਮਾਂ ਨੇ ਜਿਨ੍ਹਾਂ ਨੇ ਚੰਗਾ ਕੰਮ ਕੀਤਾ, ਤਾਂ ਉਸੇ ਜੋਨਰ ਦੀ ਆਪਾਂ ਫਿਲਮ ਬਣਾਈਏ। ਕਿਉਂਕਿ ਕੋਈ ਵੀ ਬੰਦਾ ਜਦੋਂ ਬਿਜ਼ਨਸ ਕਰਨ ਵਾਸਤੇ ਆਉਂਦਾ ਤਾਂ ਬਿਜ਼ਨਸ ਦੇ ਵਿੱਚ ਮਤਲਬ ਇੱਦਾਂ ਦਾ ਐਕਸਪੈਰੀਮੈਂਟ ਕੋਈ ਨਹੀਂ ਕਰਨਾ ਚਾਹੁੰਦਾ ਹੁੰਦਾ ਕਿ ਜਿਹਦੇ 'ਚ ਪਤਾ ਹੀ ਨਾ ਹੋਵੇ ਕਿ ਚੱਲੂਗਾ ਕਿ ਨਹੀਂ ਚੱਲੂਗਾ। ਬਿਜ਼ਨਸ ਹਮੇਸ਼ਾ ਮਾਰਕੀਟ ਨੂੰ ਸਟੱਡੀ ਕਰਕੇ ਕੀਤਾ ਜਾਂਦਾ, ਹੈ ਨਾ। ਫਿਲਮ ਜਦੋਂ ਅਸੀਂ ਬਣਾਉਂਦੇ ਹਾਂ ਤਾਂ ਪਹਿਲਾ ਵਰਡ ਹੀ ਇਹ ਹੁੰਦਾ ਕਿ ਯਾਰ ਫਿਲਮ ਐਂਟਰਟੇਨਿੰਗ ਹੋਣੀ ਚਾਹੀਦੀ ਹੈ ਤਾਂ ਲੋਕ ਦੇਖਣਗੇ, ਹੈ ਨਾ। ਸੋ ਸਾਡੇ ਇੱਥੇ ਐਂਟਰਟੇਨਮੈਂਟ ਦੀ ਪਰਿਭਾਸ਼ਾ ਨਹੀਂ ਸਹੀ ਹੈਗੀ। ਸੋ ਕਾਮੇਡੀ ਮੰਨਦੇ ਵੀ ਹਾਸਾ, ਅਸੀਂ ਐਂਟਰਟੇਨਮੈਂਟ ਸਿਰਫ ਹਾਸੇ ਨੂੰ ਮੰਨਿਆ ਜਾਂਦਾ, ਸਾਡੇ ਇੱਥੇ ਰੋਣੇ ਨੂੰ ਐਂਟਰਟੇਨਮੈਂਟ ਨਹੀਂ ਮੰਨਿਆ ਜਾਂਦਾ, ਹੈ ਨਾ। ਜਦੋਂ ਕਿ ਹੁੰਦਾ ਬੇਸਿਕਲੀ ਕੀ ਹੈ ਕਿ ਯਾਰ ਦਰਸ਼ਕ ਦੀਆਂ ਫੀਲਿੰਗ ਦਾ ਕਥਾਰਸਿਸ ਹੋ ਰਿਹਾ ਤਾਂ ਮਤਲਬ ਉਹ ਐਂਟਰਟੇਨ ਹੋ ਰਿਹਾ, ਇਹ ਇੰਨਾ ਕੁ ਮੁੱਦਾ ਹੀ ਹੈ। ਉਹ ਕਾਮੇਡੀ ਵੀ ਹੋ ਸਕਦੀ ਹੈ, ਉਹ ਐਕਸ਼ਨ ਵੀ ਹੋ ਸਕਦਾ, ਉਹ ਮਾਰ ਧਾੜ ਵੀ ਹੋ ਸਕਦੀ ਹੈ, ਰੋਣਾ ਧੋਣਾ ਵੀ ਹੋ ਸਕਦਾ, ਕੁਛ ਵੀ ਹੋ ਸਕਦਾ, ਉਹ ਕਿਤੇ ਚੰਗੀ ਫਿਲਮ ਬਣ ਜਾਂਦੀ ਹੈ। ਬਿਲਕੁਲ ਬਿਲਕੁਲ। ਬਾਕੀ ਜਿਹੜੀ ਤੁਸੀਂ ਡਰ ਦੀ ਗੱਲ ਕੀਤੀ, ਸਾਡਾ ਜਿਹੜਾ ਡਰ ਸੀਗਾ ਉਹ ਇਹ ਤਾਂ ਨਹੀਂ ਸੀ ਵੀ ਆਡੀਅੰਸ ਵਾਲਾ ਜਿਵੇਂ ਸਿਨੇਮੇ ਵਾਲਾ ਜਿਵੇਂ ਹੁੰਦਾ ਵੀ ਪਤਾ ਨਹੀਂ ਯਾਰ ਫਿਲਮ ਚੱਲੂਗੀ ਜਾਂ ਨਹੀਂ ਚੱਲੂਗੀ। ਕਿਉਂਕਿ ਬਹੁਤੀਆਂ ਫਿਲਮਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਸਿਨੇਮੇ ਦੇ ਵਿੱਚ ਫਲੋਪ ਹੁੰਦੀਆਂ ਨੇ, ਬਟ ਉਹਨਾਂ ਦੇ ਯੂਟਿਊਬ 'ਤੇ ਕਰੋੜਾਂ 'ਚ ਵਿਊ ਹੈਗੇ ਨੇ, ਹੈ ਨਾ। ਸੋ ਸਾਨੂੰ ਇਹ ਸੀ ਕਿ ਜਦੋਂ ਇਹ ਓ ਟੀ ਟੀ 'ਤੇ ਆਊਗੀ, ਹੋ ਸਕਦਾ ਆਉਂਦੇ ਸਾਰ ਨਾ ਚੱਲੇ, ਉੱਥੇ ਨੇ ਪਈ ਰਹਿਣਾ, ਹੌਲੀ ਹੌਲੀ ਲੋਕ ਇਹਨੂੰ ਦੇਖ ਹੀ ਲੈਣਗੇ, ਦੇਖ ਲੈਣਗੇ ਮਾਊਥ ਪਬਲਿਸਿਟੀ ਨਾਲ ਫਿਲਮ ਚੰਗੀ ਬਣਾਵਾਂਗੇ ਤਾਂ ਚੱਲ ਹੀ ਜਾਊਗੀ। ਉਹ ਸਾਨੂੰ ਡਰ ਹੈ ਨਹੀਂ ਸੀ ਓ ਟੀ ਟੀ ਆਉਣ ਕਰਕੇ, ਹੈ ਨਾ। ਸਾਡਾ ਜਿਹੜਾ ਡਰ ਸੀ, ਮੇਰਾ ਸਪੈਸ਼ਲੀ ਮੇਰਾ ਜਿਹੜਾ ਡਰ ਸੀ ਉਹ ਹੋਰ ਸੀ। ਮੇਰਾ ਡਰ ਇਹ ਸੀਗਾ ਕਿ ਯਾਰ ਇੱਕ ਬੰਦਾ ਉਹਨੇ ਨੈੱਟਫਲਿਕਸ ਦੀ ਸਬਸਕ੍ਰਿਪਸ਼ਨ ਵੀ ਪੈਸੇ ਦੇ ਕੇ ਲਈ ਹੈ ਅਤੇ ਉਹਨੇ ਚੁਪਾਲ ਦੀ ਵੀ ਪੈਸੇ ਦੇ ਕੇ ਲੈਣੀ ਹੈ। ਉਹਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਨੈੱਟਫਲਿਕਸ, ਐਮਾਜ਼ੋਨ ਜਾਂ ਹੌਟ ਸਟਾਰ ਦੇ ਜਿਹੜੇ ਪ੍ਰੋਜੈਕਟ ਬਣਦੇ ਆ ਉਹ ਕਿੰਨੇ ਕਰੋੜ ਦੇ ਬਣਦੇ ਆ ਅਤੇ ਅਸੀਂ ਕਿੰਨੇ ਪੈਸਿਆਂ 'ਚ ਫਿਲਮ ਬਣਾ ਰਹੇ ਹਾਂ, ਉਹਨੂੰ ਕੋਈ ਲੈਣਾ ਦੇਣਾ ਨਹੀਂ ਇਸ ਗੱਲ ਨਾਲ। ਅਸੀਂ ਸੀਮਤ ਸਾਧਨ ਕੀ, ਅਸੀਂ ਬਿਨਾਂ ਸਾਧਨਾਂ ਤੋਂ ਫਿਲਮ ਬਣਾ ਰਹੇ ਹਾਂ, ਜਿਹੜੀਆਂ ਚੀਜ਼ਾਂ ਅਸੀਂ ਸੋਚਦੇ ਹਾਂ ਉਹਨਾਂ ਕੋਲ ਬਹੁਤ ਸਾਰੇ ਸਾਧਨ ਨੇ, ਕੋਈ ਲੈਣਾ ਦੇਣਾ ਨਹੀਂ। ਉਸ ਬੰਦੇ ਨੂੰ ਸਿਰਫ ਆਪਣੀ ਸਬਸਕ੍ਰਿਪਸ਼ਨ ਨਾਲ ਮਤਲਬ ਹੈ। ਬਿਲਕੁਲ। ਸੋ ਉਹ ਬੰਦਾ ਸਾਨੂੰ ਇਹ ਵੀ ਕਹਿ ਸਕਦਾ ਕਿ ਠੀਕ ਹੈ ਯਾਰ ਜੇ ਤੁਹਾਡੇ ਕੋਲ ਸਾਧਨ ਨਹੀਂ ਹੈਗੇ ਤਾਂ ਫਿਰ ਨਾ ਪੰਗਾ ਲਓ। ਯੈਸ। ਮੇਰੀ ਤਾਂ ਜੇਬ 'ਚੋਂ ਪੈਸੇ ਜਾ ਰਹੇ ਆ ਨਾ, ਮੈਨੂੰ ਉਸੇ ਟੀ ਵੀ ਸਕਰੀਨ 'ਤੇ ਨੈੱਟਫਲਿਕਸ ਸੈਕਰਡ ਗੇਮ ਵਰਗੀਆਂ ਚੀਜ਼ਾਂ ਦੇ ਰਿਹਾ, ਮੈਨੂੰ ਉਹ ਬ੍ਰੇਕਿੰਗ ਬੈਡ ਵਰਗੀਆਂ ਚੀਜ਼ਾਂ ਦੇਖਣ ਨੂੰ ਦੇ ਰਿਹਾ, ਤਾਂ ਫਿਰ ਮੈਂ ਤੁਹਾਡੇ ਵਾਲੇ 'ਤੇ ਟਾਈਮ ਕਿਉਂ ਵੇਸਟ ਕਰਾਂ। ਸਾਡਾ ਸਭ ਤੋਂ ਵੱਡਾ ਡਰ ਇਹ ਸੀ ਕਿ ਸਾਡਾ ਜਿਹੜਾ ਕੰਪੈਰੀਜ਼ਨ ਹੋਣਾ ਸੀ ਓ ਟੀ ਟੀ 'ਤੇ ਆ ਕੇ, ਤੁਹਾਡੀ ਲੈਂਗੁਏਜ ਵਾਲਾ ਜਿਹੜਾ ਬੈਰੀਅਰ ਉਹ ਸਭ ਖਤਮ ਹੋ ਜਾਂਦੇ ਆ। ਓ ਟੀ ਟੀ 'ਤੇ ਆ ਕੇ ਸਿਰਫ ਤੁਹਾਡੇ ਕੰਟੈਂਟ ਨੂੰ ਦੇਖਿਆ ਜਾਂਦਾ, ਚਾਹੇ ਉਹ ਕਿਸੇ ਵੀ ਲੈਂਗੁਏਜ 'ਚ ਹੋਵੇ। ਸੋ ਕੰਪੈਰੀਜ਼ਨ ਉੱਥੇ ਹੋਣਾ ਸੀ, ਇਹ ਬਹੁਤ ਵੱਡਾ ਡਰ ਸੀ ਸਾਨੂੰ ਕਿ ਉਸ ਕੰਪੈਰੀਜ਼ਨ 'ਚ ਆ ਕੇ ਕਿਤੇ ਨਾ ਕਿਤੇ ਫਸਣਾ ਪਊਗਾ। ਸੋ ਮੈਨੂੰ ਲੱਗਦਾ ਜਿੰਨੀ ਕੁ ਐਪਰੀਸ਼ੀਏਸ਼ਨ ਮਿਲ ਰਹੀ ਹੈ ਜਿਵੇਂ ਲੋਕਾਂ ਦੇ ਰਿਵਿਊ ਆਏ ਕਿ ਉਹਦੇ 'ਚ ਵੀ ਅਸੀਂ ਕਾਮਯਾਬ ਰਹੇ ਹਾਂ। ਨਹੀਂ, ਚੰਗੀ ਗੱਲ ਹੈ। ਜਗਜੀਤ ਕਿਵੇਂ ਤੈਅ ਹੋਇਆ ਸੀ ਇਸ ਫਿਲਮ ਲਈ? ਜਗਜੀਤ ਬਾਈ, ਜਦੋਂ ਅਸੀਂ ਸਟੋਰੀ ਤੋਂ ਬਾਅਦ ਜਦੋਂ ਸਕਰੀਨ ਪਲੇ ਲਿਖਣਾ ਸ਼ੁਰੂ ਕੀਤਾ, ਸੋ ਉਸ ਤੋਂ ਬਾਅਦ ਜਦੋਂ ਸਾਡੀ ਡਿਸਕਸ਼ਨ ਹੋਈ ਤਾਂ ਉਹਦੇ 'ਚ ਦੋ ਤਿੰਨ ਚੀਜ਼ਾਂ ਸੀਗੀਆਂ। ਪਹਿਲੀ ਗੱਲ ਤਾਂ ਇਹ ਸੀਗੀ ਕਿ ਸਾਨੂੰ, ਜਿੱਦਾਂ ਤੁਸੀਂ ਦੇਖਿਆ ਕਿ ਕਰੈਕਟਰ ਦੇ 3 ਸ਼ੇਡ ਨੇ, ਸਾਨੂੰ ਬਹੁਤ ਵਰਸੇਟਾਈਲ ਐਕਟਰ ਚਾਹੀਦਾ ਸੀ। ਹਾਲਾਂਕਿ ਹੋਰ ਵੀ ਬਹੁਤ ਸਾਰੇ ਐਕਟਰ ਨੇ ਕਿ ਜਿਹੜੇ ਅਲੱਗ ਅਲੱਗ ਕਰੈਕਟਰ ਨਿਭਾ ਲੈਂਦੇ ਆ, ਬਟ ਸਾਨੂੰ ਚਾਹੀਦਾ ਸੀ ਕਿ ਬਹੁਤ ਸਮਝਦਾਰੀ ਨਾਲ। ਕਈ ਵਾਰੀ ਕੀ ਹੁੰਦਾ ਨਾ ਕਿ ਜਦੋਂ ਤੁਸੀਂ ਇੱਕ ਕਰੈਕਟਰ ਤੋਂ ਦੂਜੇ ਕਰੈਕਟਰ ਦੇ ਵਿੱਚ ਜਾਣਾ ਹੁੰਦਾ, ਬਹੁਤ ਸਾਰੇ ਐਕਟਰ ਬੋਡੀਲੀ ਚੀਜ਼ਾਂ ਨੂੰ ਕਰਨ ਦੀ ਕੋਸ਼ਿਸ਼ ਕਰਨਗੇ ਜਾਂ ਆਵਾਜ਼ ਚੇਂਜ ਕਰ ਲੈਣਗੇ, ਐਕਸਪ੍ਰੈਸ਼ਨ ਚੇਂਜ ਕਰ ਲੈਣਗੇ, ਉਹ ਹੈ ਨਾ, ਜਿਹੜਾ ਕਿ ਕਿਤੇ ਨਾ ਕਿਤੇ ਕਲੀਸ਼ੇ ਹੋ ਜਾਂਦਾ। ਸਾਨੂੰ ਚਾਹੀਦਾ ਸੀ ਕਿ ਜਿਹੜਾ ਉਹ ਜਿਹਨੂੰ ਉਸ ਚੀਜ਼ ਦੀ ਬਹੁਤ ਬਰੀਕੀ ਨਾਲ ਸਮਝ ਹੋਵੇ ਕਿ ਮੈਂ ਤਿੰਨੋਂ ਕਰੈਕਟਰ ਦੇ ਵਿੱਚ ਡਿਫਰੈਂਸ਼ੀਏਟ ਕਿਵੇਂ ਕਰਨਾ। ਐਕਚੁਅਲੀ 3 ਕਰੈਕਟਰ ਨੇ ਜਿਹੜੇ ਉਹ ਅਲੱਗ ਅਲੱਗ ਕਰੈਕਟਰ ਨਹੀਂ ਹੈਗੇ, ਕਰੈਕਟਰ ਬੇਸਿਕਲੀ ਸੇਮ ਹੀ ਹੈ, ਬੰਦਾ ਉਹ ਸੇਮ ਹੀ ਹੈ, ਉਹਦੀ ਲਾਈਫ ਦੇ ਫੇਜ਼ ਨੇ ਉਹ। ਬਿਲਕੁਲ। ਹੈ ਨਾ, ਉਹਦੀ ਲਾਈਫ ਦੇ ਫੇਜ਼ ਨੇ, ਉਹ ਆਪਦੀ ਇੱਕ ਲਾਈਫ ਦੇ ਫੇਜ਼ ਤੋਂ ਦੂਜੀ ਲਾਈਫ ਦੇ ਫੇਜ਼ ਦੇ ਵਿੱਚ ਕਿਵੇਂ ਢਲਦਾ ਕਰੈਕਟਰ, ਉਹਨੇ ਸੇਮ ਹੀ ਮੇਨਟੇਨ ਰੱਖਣਾ, ਕਰੈਕਟਰ ਉਹੀ ਮੇਨਟੇਨ ਰੱਖਣਾ, ਉਹਦੀ ਬੋਡੀ ਲੈਂਗੁਏਜ ਦੇ ਵਿੱਚ, ਉਹਦੇ ਗੱਲ ਕਰਨ ਦੇ ਤਰੀਕੇ 'ਚ, ਉਹਦੇ ਐਕਸਪ੍ਰੈਸ਼ਨਸ ਦੇ ਵਿੱਚ, ਉਹ ਚੀਜ਼ਾਂ ਦੇ ਵਿੱਚ ਮਾਈਨਰ ਚੇਂਜਸ ਆਉਣਗੀਆਂ ਕਿ ਇਹ ਇੰਨੀ ਬਰੀਕੀ ਦੀ ਸਮਝ ਜਿਹੜੇ ਐਕਟਰ ਨੂੰ ਹੈ ਉਹੀ ਆਪਾਂ ਨੂੰ ਚਾਹੀਦਾ। ਸੋ ਜਗਜੀਤ ਨੂੰ ਮੈਂ ਕਾਫੀ ਪਹਿਲੇ ਤੋਂ ਜਾਣਦਾ ਸੀ, ਜਦੋਂ ਤੋਂ ਇਹ ਥੀਏਟਰ ਦੀ ਐੱਮ ਏ ਕਰ ਰਿਹਾ ਸੀ, ਮੈਂ ਇਹਦਾ ਕੰਮ ਦੇਖਿਆ ਹੋਇਆ ਸੀ। ਸੋ ਇੱਕ ਤਾਂ ਇਹ ਪੁਆਇੰਟ ਸੀਗਾ, ਦੂਸਰਾ ਸਾਨੂੰ ਨਾਲ ਇਹ ਵੀ ਚਾਹੀਦਾ ਸੀਗਾ ਕਿ ਯਾਰ ਸਾਨੂੰ ਐਕਟਰ ਇੱਦਾਂ ਦਾ ਚਾਹੀਦਾ ਜਿਹਦਾ ਨਾਮ ਵੀ ਹੋਵੇ। ਸੋ ਪਤਾਲ ਲੋਕ ਕਰਕੇ ਬਾਕੀ ਪੰਜਾਬੀ ਫਿਲਮਾਂ ਦੇ ਵਿੱਚ ਵੀ, ਪੰਜਾਬੀ ਸਿਨੇਮੇ 'ਚ ਜਗਜੀਤ ਦੀ ਇੱਕ ਅਲੱਗ ਹੀ ਆਡੀਅੰਸ
ਪਹਿਲਾਂ ਤੋਂ ਹੀ ਬਣੀ ਹੋਈ ਸੀ ਹੈ ਨਾ ਸੋ ਉਹਦਾ ਨਾਮ ਵੀ ਸੀਗਾ ਇਹ ਸਾਡੀ ਸ਼ਰਤ ਵੀ ਪੂਰੀ ਹੁੰਦੀ ਸੀ ਤੀਸਰੀ ਚੀਜ਼ ਜਿਹੜੀ ਸੀਗੀ ਜਿਹੜੀ ਕਿ ਬਹੁਤ ਜ਼ਰੂਰੀ ਅਤੇ ਬਹੁਤ ਅਹਿਮ ਚੀਜ਼ ਹੈ ਹੈ ਨਾ ਕਿ ਬਹੁਤ ਸਾਰੇ ਐਕਟਰ ਤਾਂ ਚੰਗੇ ਹੁੰਦੇ ਆ ਜਾਂ ਸਟਾਰ ਫੇਸਿਸ ਵੀ ਹੁੰਦੇ ਆ ਬਟ ਉਹਨਾਂ ਨੂੰ ਤੁਸੀਂ ਆਪਦੇ ਢੰਗ ਨਾਲ ਢਾਲ ਨਹੀਂ ਸਕਦੇ ਉਹਨਾਂ ਨੂੰ ਤੁਸੀਂ ਕੱਪੜੇ ਆਪਦੇ ਤਰੀਕੇ ਦੇ ਨਹੀਂ ਪਵਾ ਸਕਦੇ ਉਹਨਾਂ ਦਾ ਮੇਕਅਪ ਤੁਸੀਂ ਆਪਦੇ ਤਰੀਕੇ ਨਾਲ ਨਹੀਂ ਕਰਵਾ ਸਕਦੇ ਉਹਨਾਂ 'ਤੇ ਹੋਰ ਤਰ੍ਹਾਂ ਦਾ ਸਟਾਰਿਜ਼ਮ ਹੈ ਜਿਹੜਾ ਉਹ ਉਹਨਾਂ ਦੀ ਸੋਚ 'ਤੇ ਉਹਨਾਂ ਦੇ ਦਿਮਾਗ 'ਤੇ ਥੋੜ੍ਹਾ ਜਿਹਾ ਹੈਵੀ ਹੁੰਦਾ ਉਹ ਕਹਿੰਦਾ ਨਹੀਂ ਯਾਰ ਮੈਂ ਸੋਹਣਾ ਹੀ ਦਿਸਣਾ ਯਾਰ ਮੈਨੂੰ ਇੱਦਾਂ ਹੀ ਦਿਸਣ ਦੇ ਹੈ ਨਾ ਵੀ ਜਿਵੇਂ ਸਾਡੀ ਉਹ ਫਾਈਟ ਫੂਟ ਹੈ ਜਗਜੀਤ ਤਾਂ ਉੱਥੇ ਨੀਚੇ ਲੁੱਟੀ ਲੁੱਟੀ ਗਿਆ ਹੈ ਨਾ ਸੋ ਉੱਦਾਂ ਦੀਆਂ ਕੁਛ ਦਿੱਕਤਾਂ ਨਾ ਆਉਣ ਵੀ ਜਿਹੜੇ ਐਕਟਰ ਦੇ ਵਿੱਚ ਇੰਨੀ ਕੁ ਅੱਗ ਹੋਵੇ ਜਿਹੜਾ ਇੰਨੀ ਕੁ ਕਚੀਚੀ ਲੈ ਕੇ ਆਵੇ ਕਿ ਯਾਰ ਮੈਂ ਜਗਜੀਤ ਹਾਂ ਮੈਂ ਜਗਜੀਤ ਵਰਗਾ ਨਹੀਂ ਦਿਸਣਾ ਮੈਂ ਆਮ ਲਾਈਫ 'ਚ ਸੋਹਣਾ ਵੀ ਹੋ ਸਕਦਾ ਮੈਂ ਆਮ ਲਾਈਫ 'ਚ ਘੈਂਟ ਕੱਪੜੇ ਪਾਉਣਾ ਉਹ ਸਾਰਾ ਕੁਛ ਹੈ ਬਟ ਮੇਰੇ ਅੰਦਰ ਇਹ ਅੱਗ ਹੈ ਕਿ ਮੈਂ ਕਰੈਕਟਰ ਵਰਗਾ ਦਿਸਣਾ ਉਹ ਅੱਗ ਵੀ ਸਾਨੂੰ ਨਾਲ ਚਾਹੀਦੀ ਸੀ ਉਹ ਕਿੱਸਾ ਪੰਜਾਬ ਵਾਰੀ ਵੀ ਮੈਨੂੰ ਚੇਤੇ ਆਉਣ ਆ ਰਿਹਾ ਵਿੱਚ ਟੋਕਦਾ ਉਹ ਕਹਿੰਦਾ ਸੀ ਮੈਂ ਕਈ ਦਿਨ ਨਹਾਤਾ ਨਹੀਂ ਉੱਦਾਂ ਦਾ ਸਪੀਡ ਵਾਲਾ ਕਰੈਕਟਰ ਜਿਹੜਾ ਸੀ ਸਪੀਡ ਕਰੈਕਟਰ ਸੀ ਉਹਦਾ ਉਹ ਬੰਦਾ ਐਕਸਪੈਰੀਮੈਂਟਲ ਸੀ ਪਹਿਲੀ ਫਿਲਮ ਤੋਂ ਹੀ ਹਾਂ ਐਕਸਪੈਰੀਮੈਂਟਲ ਸੀ ਬਸ ਉਹਨੂੰ ਇਹ ਹੁੰਦਾ ਹੋਰ ਵੀ ਕਈ ਐਕਟਰ ਹੈਗੇ ਨੇ ਜਗਜੀਤ ਵਰਗੇ ਸੋ ਇਹ ਉਹਨੂੰ ਇਹ ਹੁੰਦਾ ਕਿ ਯਾਰ ਮੈਂ ਕਰੈਕਟਰ ਵਰਗਾ ਦਿਸਣਾ ਮੈਂ ਜਗਜੀਤ ਵਰਗਾ ਨਹੀਂ ਦਿਸਣਾ ਮੈਂ ਕਰੈਕਟਰ ਵਰਗਾ ਲੱਗਣਾ ਸੋ ਉਹਦੇ ਵਾਸਤੇ ਜਿਹੜੀ ਇੱਕ ਕਰੈਕਟਰ ਦੀ ਸ਼ੇਪ ਇੱਕ ਸਟਰਕਚਰ ਜਿਹੜਾ ਬਣਿਆ ਹੋਇਆ ਉਹ ਮੈਨੂੰ ਦੱਸੋ ਮੈਂ ਆਪਣੇ ਆਪ ਨੂੰ ਢਾਲੂੰਗਾ ਉਸ ਤਰੀਕੇ ਨਾਲ ਉਹੋ ਜਿਹੇ ਕੱਪੜੇ ਪਾਊਂਗਾ ਉਵੇਂ ਬੋਲੂੰਗਾ ਉਹੀ ਸਾਰਾ ਕੁਛ ਹੈ ਸੋ ਇਹ ਸਾਰੀਆਂ ਖੂਬੀਆਂ ਸਾਨੂੰ ਜਗਜੀਤ 'ਚ ਮਿਲੀਆਂ ਅਤੇ ਫਿਰ ਉਸ ਤੋਂ ਬਾਅਦ ਮੇਰੀ ਪਹਿਲਾਂ ਕਾਫੀ ਦੇਰ ਤੋਂ ਤਮੰਨਾ ਸੀ ਕਿ ਜਗਜੀਤ ਨਾਲ ਕੰਮ ਕਰੀਏ ਇਹ ਜਗਜੀਤ ਦੀ ਵੀ ਸੀ ਸੋ ਸਾਡੀ ਤਮੰਨਾ ਵੀ ਪੂਰੀ ਹੋ ਗਈ ਵੈਸੇ ਉਹ ਡਾਇਰੈਕਟਰਾਂ ਜਿਹੜੀ ਤੁਸੀਂ ਐਕਟਰਾਂ ਵਾਲੀ ਗੱਲ ਕਰਦੇ ਹੋ ਵੀ ਮੰਨਦੇ ਨਹੀਂ ਮੈਂ ਸੁਣਿਆ ਹੋਇਆ ਵੀ ਡਾਇਰੈਕਟਰਾਂ ਦਾ ਤਾਂ ਕਹਿਣਾ ਹੀ ਬੜਾ ਮੰਨਿਆ ਜਾਂਦਾ ਡਾਇਰੈਕਟਰਾਂ ਤੋਂ ਐਕਟਰ ਡਰਦੇ ਨੇ ਤੁਸੀਂ ਕਹਿੰਦੇ ਹੋ ਵੀ ਮੰਨਦੇ ਨਹੀਂ ਕਈ ਬੰਦੇ ਸਟਾਰਡਮ ਦਿਮਾਗੇ ਚੜਿਆ ਹੁੰਦਾ ਕਈਆਂ ਦੇ ਨਹੀਂ ਗੱਲ ਸਟਾਰਡਮ ਵਾਲੀ ਨਹੀਂ ਬਈ ਹੈਗੀ ਐਕਸਪੈਰੀਮੈਂਟਲ ਤੌਰ ਤੇ ਵੀ ਜਿਵੇਂ ਜਿਵੇਂ ਮਤਲਬ ਤੁਸੀਂ ਸੁਣਿਆ ਹੋਊਗਾ ਕਿ ਸ਼ਾਹਰੁਖ ਖਾਨ ਨੇ DDLJ ਤੋਂ ਬਾਅਦ ਕਿੰਨੇ ਸਾਲਾਂ ਤੱਕ ਆਪਦਾ ਹੇਅਰ ਸਟਾਈਲ ਨਹੀਂ ਚੇਂਜ ਕੀਤਾ ਸੋ ਸ਼ਾਹਰੁਖ ਖਾਨ ਡਰਦਾ ਸੀ ਕਿ ਉਹਨੇ ਇੰਟਰਵਿਊ ਦੇ ਵਿੱਚ ਵੀ ਕਿਹਾ ਇੱਕ ਦੋ ਜਗ੍ਹਾ 'ਤੇ ਕਿ ਯਾਰ ਮੈਨੂੰ ਇਸ ਗੱਲ ਦਾ ਡਰ ਹੈ ਕਿ ਜੇ ਮੈਂ ਆਪਦਾ ਹੇਅਰ ਸਟਾਈਲ ਜਾਂ ਕੁਛ ਵੀ ਚੇਂਜ ਕੀਤਾ ਤਾਂ ਸ਼ਾਇਦ ਜੇ ਲੋਕਾਂ ਨੂੰ ਉਹ ਨਾ ਪਸੰਦ ਆਇਆ ਤਾਂ ਮੈਂ ਫਲੋਪ ਹੋ ਜੂੰਗਾ ਆ ਪਿੱਛੇ ਜੇ ਕੁਛ ਦਿਨ ਪਹਿਲਾਂ ਸਲਮਾਨ ਖਾਨ ਦਾ ਚੱਲ ਰਿਹਾ ਸੀ ਉਹਨੂੰ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਜੀ ਤੁਸੀਂ ਜਿੱਦਾਂ ਅਮਿਤਾਭ ਬੱਚਨ ਨੇ ਅਤੇ ਉਹ ਆਪਦੀ ਜਵਾਨੀ ਵੇਲੇ ਬੜਾ ਪਿਆਲੇ ਕਰੈਕਟਰ ਕਰ ਲੈਂਦੇ ਸੀਗੇ ਸੋ ਤੁਸੀਂ ਨਹੀਂ ਕਦੇ ਸੋਚਿਆ ਕਿ ਮੈਂ ਇੱਦਾਂ ਦਾ ਕਰਨਾ ਹੈ ਕਦੇ ਮੈਂ ਉਹ ਕਰਾਂ ਸੋ ਉਹ ਕਹਿੰਦਾ ਮੈਂ ਨਹੀਂ ਯਾਰ ਮੈਂ ਬੁਢਾਪੇ 'ਚ ਵੀ ਜਵਾਨ ਹੀ ਨਜ਼ਰ ਆਊਂਗਾ ਸੋ ਉਹ ਇੱਕ ਇਮੇਜ ਬਣੀ ਹੁੰਦੀ ਹੈ ਸੋ ਉਹ ਇਮੇਜ ਨੂੰ ਨਹੀਂ ਤੋੜਨਾ ਚਾਹੁੰਦੇ ਹੁੰਦੇ ਹੈ ਨਾ ਇੱਕ ਐਗਜ਼ਾਮਪਲ ਮੈਂ ਹੋਰ ਦਿੰਦਾ ਸੀ ਫਿਲਮ ਕਰ ਰਹੀ ਸੀ ਮੈਂ ਐਸੋਸੀਏਟ ਡਾਇਰੈਕਟਰ ਸੀਗਾ ਉਹਦਾ ਜੋਰਾ 10 ਨੰਬਰੀਆ ਸੋ ਜੋਰਾ 10 ਨੰਬਰੀਆ ਦੇ ਵਿੱਚ ਧਰਮਿੰਦਰ ਜੀ ਦਾ ਕਰੈਕਟਰ ਸੀਗਾ ਸੋ ਉਸ ਕਰੈਕਟਰ ਵਾਸਤੇ ਸਾਨੂੰ ਲੱਗਦਾ ਸੀਗਾ ਕਿ ਯਾਰ ਜੇ ਧਰਮ ਜੀ ਦਾੜੀ ਵਧਾਉਣ ਉਹਨਾਂ ਦੀ ਚਿੱਟੀ ਦਾੜੀ ਹੋਵੇ ਕਿਉਂਕਿ ਉਹ ਜੋਰੇ ਨੂੰ ਜੇਲ੍ਹ ਦੇ ਵਿੱਚ ਮਿਲਦੇ ਆ ਇੱਕ ਮਤਲਬ ਬਾਬਾ ਬੋੜ ਵਰਗਾ ਕਰੈਕਟਰ ਸੀ ਉਹਨਾਂ ਦਾ ਕਿ ਯਾਰ ਉਹ ਕਰੈਕਟਰ ਨੂੰ ਬਹੁਤ ਕੰਪਲੀਮੈਂਟ ਕਰੂ ਜਦੋਂ ਧਰਮ ਜੀ ਨਾਲ ਗੱਲ ਕੀਤੀ ਸੀ ਅਤੇ ਉਹ ਕਹਿੰਦੇ ਨਹੀਂ ਯਾਰ ਮੈਂ ਮੁੰਡਾ ਖੁੰਡਾ ਹੀ ਕਲੀਨ ਸ਼ੇਵ ਹੀ ਆਉਣਾ ਮੈਂ ਮੁੰਡਾ ਖੁੰਡਾ ਹੀ ਠੀਕ ਹਾਂ ਸੋ ਉਹ ਆਪਦੀ ਉਸੇ ਲੁੱਕ ਦੇ ਵਿੱਚ ਬੱਝੇ ਹੋਏ ਨੇ ਸੋ ਮੈਂ ਇਹ ਜਿਨ੍ਹਾਂ ਦੀ ਵੀ ਗੱਲ ਕੀਤੀ ਹੈ ਮੈਂ ਇਹਨਾਂ ਨੂੰ ਇਹ ਨਹੀਂ ਕਹਿ ਰਿਹਾ ਕਿ ਇਹ ਮਾੜੇ ਐਕਟਰ ਨੇ ਬਟ ਪਤਾ ਨਹੀਂ ਕਿਵੇਂ ਪ੍ਰੋਪਰਲੀ ਇਸ ਚੀਜ਼ ਦੀ ਮੈਨੂੰ ਵੀ ਸਮਝ ਨਹੀਂ ਕਿ ਉਹਨਾਂ ਦੀ ਸੋਚ ਹੁੰਦੀ ਹੈ ਜਾਂ ਕੀ ਹੈ ਬਟ ਉਹ ਇੰਡਸਟਰੀ ਦੇ ਕੁਛ ਬਣਿਆ ਹੋਇਆ ਕੁਛ ਨਾ ਕੁਛ ਜਾਂ ਕਿ ਨਹੀਂ ਉਸ ਇਮੇਜ ਨੂੰ ਤੋੜਨਾ ਚਾਹੁੰਦੇ ਉਹ ਡਰ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ ਸੋ ਪੰਜਾਬੀ ਦੇ ਵਿੱਚ ਤਾਂ ਇੱਕ ਨਾਲ ਚੀਜ਼ ਹੋਰ ਵੀ ਹੈ ਕਿ ਪੰਜਾਬੀ ਦੇ ਵਿੱਚ ਬਹੁਤੇ ਜਿਹੜੇ ਐਕਟਰ ਨੇ ਉਹ ਨਾਲ ਸਿੰਗਰ ਵੀ ਨੇ ਸੋ ਉਹਨਾਂ ਦੀ ਇੱਕ ਸਿੰਗਰ ਦੇ ਤੌਰ 'ਤੇ ਵੀ ਚੰਗੀ ਫੈਨ ਫੋਲੋਇੰਗ ਬਣੀ ਹੁੰਦੀ ਹੈ ਸੋ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਵੀ ਹੁੰਦਾ ਕਿ ਯਾਰ ਜੇ ਮੈਂ ਫਿਲਮ ਦੇ ਵਿੱਚ ਕਿਤੇ ਗੰਦਾ ਦਿਸਿਆ ਜਾਂ ਇੱਦਾਂ ਦਾ ਦਿਸਿਆ ਕਿਤੇ ਮੇਰੀ ਜਿਹੜੀ ਉਹ ਸਿੰਗਰ ਵਾਲੀ ਫੈਨ ਫੋਲੋਇੰਗ ਹੈ ਉਹ ਨਾ ਕਿਤੇ ਖਤਮ ਹੋ ਜਾਏ ਹੈ ਨਾ ਸੋ ਜਿਵੇਂ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿ ਜਿਵੇਂ ਆਪਾਂ ਦਿਲਜੀਤ ਦਾ ਦੇਖੀਏ ਸੋ ਦਿਲਜੀਤ ਚਾਹੇ ਗਰੀਬ ਘਰ ਦਾ ਵੀ ਕਰੈਕਟਰ ਕਰੇ ਉਹ ਟੀ ਸ਼ਰਟਾਂ ਉਨੀਆਂ ਹੀ ਬ੍ਰੈਂਡਡ ਪਾਊਗਾ ਹੈ ਨਾ ਉਹਦੇ ਹਮੇਸ਼ਾ ਉਹੀ ਜਿਹੜੀ ਉਹਨੇ ਫਿਲਮ ਕੀਤੀ ਸੀਗੀ ਜਿਹੜੀ ਪਹਿਲੀ ਜੱਟ ਐਂਡ ਜੂਲੀਅਟ ਜਿਹੋ ਜਿਹੇ ਕੱਪੜੇ ਉਹਨੇ ਪਹਿਲੀ ਜੱਟ ਐਂਡ ਜੂਲੀਅਟ 'ਚ ਪਾਏ ਸੀਗੇ ਵੀ ਜਿਵੇਂ ਹੁਣ ਹੌਸਲਾ ਰੱਖ ਆ ਰਹੀ ਹੈ ਉਹਦੇ 'ਚ ਵੀ ਉਹੀ ਹੈ ਕਿਉਂਕਿ ਉਹਦੀ ਉਹ ਇੱਕ ਇਮੇਜ ਹੈ ਉਹਨੂੰ ਲੱਗਦਾ ਕਿ ਇਹ ਮੇਰੀ ਇਮੇਜ ਹੈ ਜਿਹੜੀ ਇਹ ਦਰਸ਼ਕਾਂ ਦੇ ਵਿੱਚ ਸੈੱਟ ਹੋਈ ਹੋਈ ਹੈ ਸੋ ਕਿਤੇ ਨਾ ਕਿਤੇ ਡਰ ਹੀ ਹੁੰਦਾ ਸ਼ਾਇਦ ਉਹ ਉਸ ਚੀਜ਼ ਨੂੰ ਤੋੜਨ ਦਾ ਉਹਨਾਂ ਨੂੰ
ਜਿੱਦਾਂ ਹਾਂ ਇੰਨੀ ਗੱਲ ਜ਼ਰੂਰ ਹੈ, ਕਈ ਬੰਦੇ ਕਰਦੇ ਵੀ ਨੇ, ਜਿਵੇਂ ਹੁਣ ਐਮੀ ਵਿਰਕ ਬਾਈ ਦੀ ਫਿਲਮ ਤੁਸੀਂ ਦੇਖੀ ਹੋਣੀ ਆ ਕਿਸਮਤ 2, ਉਹ ਕਿਸਮਤ 2 'ਚ ਚਿੱਟੀ ਦਾੜੀ ਰੱਖ ਕੇ ਵੀ ਆ ਗਿਆ ਬਾਈ, ਹੈ ਨਾ। ਸੋ ਉਹਨੇ ਮਤਲਬ ਉਹਦੇ ਜਿਹੜੇ ਗਾਣਿਆਂ ਦੀਆਂ ਵੀਡੀਓਜ਼ ਹੁੰਦੀਆਂ ਨੇ ਉਹਦੇ 'ਚੋਂ ਬ੍ਰੈਂਡਡ ਕੱਪੜੇ ਵੀ ਪਾਉਂਦਾ, ਅਤੇ ਉਹਨੇ ਜਿਹੜੀ ਫਿਲਮਾਂ ਨਿੱਕਾ ਜੈਲਦਾਰ ਵਰਗੀਆਂ ਜਾਂ ਹੋਰ, ਉਹ ਕੁੜਤੇ ਪਜਾਮੇ ਜੇ ਪਾਈ ਫਿਰਦਾ ਅਤੇ ਪਰਨੇ ਜੇ ਵੀ ਬੰਨੀ ਫਿਰਦਾ, ਆਡੀਅੰਸ ਉਹਨੂੰ ਵੀ ਪਿਆਰ ਕਰਦੀ ਹੈ। ਆਪਣਾ ਆਪਣਾ ਮਾਇੰਡ ਹੈ ਸਾਰਿਆਂ ਦਾ। ਤਾਂ ਫਿਲਮ ਦੇ ਅੰਦਰ ਪਹਿਲੀ ਵਾਰ ਇੱਦਾਂ ਦਾ ਕਰੈਕਟਰ ਵੇਖਿਆ ਜਿਹੜਾ ਤੁਸੀਂ ਜੱਜ ਸਾਹਿਬ ਦਾ ਇੰਟਰੋਡਿਊਸ ਕਰਾਇਆ, ਉਹ ਬੜਾ ਕਮਾਲ ਕਰੈਕਟਰ ਹੈ। ਉਹ ਜੱਜ ਸਾਹਿਬ ਨੂੰ ਪਹਿਲਾਂ ਸੱਦ ਹੀ ਲਈਏ ਆਪਾਂ, ਹਾਂ ਪਹਿਲਾਂ ਜੱਜ ਸਾਹਿਬ ਨੂੰ ਬੁਲਾ ਲਈਏ। ਜੱਜ ਸਾਹਿਬ ਦੇ ਬੜੇ ਪੰਗੇ ਸੀਗੇ, ਹੈ ਨਾ, ਇਹਦਾ ਮੂੰਹ ਵੀ ਘੁਮਾ ਦਿੰਦੇ ਸੀ ਵੀ ਸੁਣ ਨਾ ਲਵੇ, ਇਹਨੂੰ ਮਨਾ ਨਾ ਲੈਣ। ਜੱਜ ਸਾਹਿਬ ਦਾ ਕਰੈਕਟਰ ਕਿਵੇਂ ਆਇਆ ਵੈਸੇ ਇਹਨਾਂ ਦਾ? ਬਈ ਇਹ ਉਹੀ ਚੀਜ਼ ਜਿਹੜੀ ਤੁਹਾਨੂੰ ਮੈਂ ਪਹਿਲਾਂ ਦੱਸੀ ਸੀ ਕਿ ਜਦੋਂ ਮੈਂ ਕਹਾਣੀ ਸੁਣੀ ਤਾਂ ਮੈਨੂੰ ਇਹ ਸੀ ਕਿ ਯਾਰ ਇਹਦੇ 'ਚ ਨਵਾਂਪਣ ਕੀ ਪਾਇਆ ਜਾਵੇ, ਕਿਵੇਂ ਪਾਇਆ ਜਾਵੇ। ਅਸੀਂ ਉਹ ਸਾਰਾ ਕੁਝ ਸਕਰੀਨ 'ਤੇ ਵੀ ਦਿਖਾ ਰਹੇ ਹਾਂ ਕਿ ਮੁੰਡੇ ਨਾਲ ਕੀ ਕੁਛ ਹੋਇਆ, ਕੁੜੀ ਨੇ ਕੀ ਕੁਛ ਕੀਤਾ। ਜੇ ਹੁਣ ਉਹ ਕੁੜੀ ਨਾਲ ਗੱਲਬਾਤ ਕਰੂਗਾ ਤਾਂ ਉੱਥੇ ਕੁੜੀ ਨੂੰ ਵੀ ਉਹੀ ਗੱਲਾਂ ਕਹੂਗਾ ਕਿ ਤੂੰ ਮੇਰੇ ਨਾਲ ਇਹ ਕੀਤਾ, ਤੂੰ ਮੇਰੇ ਨਾਲ ਆਹ ਕੀਤਾ, ਤੂੰ ਮੇਰੇ ਨਾਲ ਉਹ ਕੀਤਾ, ਕਿ ਯਾਰ ਉਹਦੇ 'ਚ ਕੁਛ ਨਾ ਕੁਛ ਡਰਾਮਾ ਹੋਣਾ ਚਾਹੀਦਾ। ਸੋ ਅਸੀਂ ਸਕਰੀਨ ਪਲੇ 'ਤੇ ਬੈਠੇ ਸੋਚ ਰਹੇ ਸੀ, ਡਿਸਕਸ਼ਨ ਕਰ ਰਹੇ ਸੀ, ਮੈਂ ਅਤੇ ਮੇਰੇ ਨਾਲ ਮੁੰਡਾ ਸੀ ਜੱਸੀ, ਜੱਸੀ ਜਸਪ੍ਰੀਤ ਹੈ ਜਿਹਨੇ ਇਸ ਫਿਲਮ ਦੇ ਡਾਇਲੋਗ ਵੀ ਲਿਖੇ, ਹੈ ਨਾ। ਸੋ ਅਸੀਂ ਬੈਠੇ ਜੀ, ਮਤਲਬ ਇਹ ਜੱਸ ਸਾਹਿਬ ਵਾਲਾ ਆਈਡੀਆ ਸਵੇਰੇ 1:45 ਦਾ ਆਈਡੀਆ ਇਹ, ਉਦੋਂ ਮੇਰੇ ਦਿਮਾਗ 'ਚ ਆਇਆ। ਮੈਂ ਐਕਚੁਲੀ ਇਹ ਜਿਹੜੇ ਜੱਸ ਸਾਹਿਬ ਨੇ, ਇਹ ਆਪਣਾ ਪੰਜਾਬੀ ਦਾ ਇੱਕ ਰਾਈਟਰ ਹੈ ਰਾਜੂ ਵਰਮਾ, ਇਹ ਉਹਦੇ ਘਰ ਪਏ ਹੋਏ ਸੀਗੇ ਅਤੇ ਮੈਂ ਉੱਥੇ ਗਿਆ ਕਈ ਵਾਰੀ, ਤਾਂ ਮੈਂ ਦੇਖਿਆ, ਮੈਂ ਕਿਹਾ ਯਾਰ ਵੀ ਇਸ ਕਰੈਕਟਰ ਨੂੰ ਕਦੇ ਨਾ ਕਦੇ ਯੂਜ਼ ਕਰਨ ਵਾਲਾ, ਮੈਨੂੰ ਬਹੁਤ ਅੱਛਾ ਲੱਗਿਆ। ਫਿਰ ਉਸ ਤੋਂ ਬਾਅਦ ਆਈਡੀਆ ਆਇਆ ਕਿ ਯਾਰ ਉਹ ਪਹਿਲਾਂ ਤਾਂ ਮਤਲਬ ਇਹੀ ਚੀਜ਼ ਸੀ ਕਿ ਜਦੋਂ ਕੁੜੀ ਨੂੰ ਉਹਨੇ ਬੰਨਿਆ ਹੋਇਆ, ਤੁਸੀਂ ਦੇਖਿਆ ਹੋਣਾ ਕਿ ਉਹਦੇ ਢਿੱਡ ਦੇ ਉੱਪਰ ਇਹ ਟੈਡੀ ਰੱਖਿਆ ਹੋਇਆ, ਉਹ ਹਿੱਲ ਜੁੱਲ ਦੇ ਵਿੱਚ ਉਹ ਗਿਰ ਜਾਂਦਾ। ਅਗਲੇ ਦਿਨ ਫਿਰ ਜਦੋਂ ਉਹ ਸਵੇਰੇ ਉੱਠਦੀ ਹੈ, ਅੱਖਾਂ ਖੋਲ੍ਹਦੀ ਹੈ, ਤਾਂ ਦੁਬਾਰੇ ਫਿਰ ਢਿੱਡ 'ਤੇ ਰੱਖਿਆ ਪਿਆ ਹੁੰਦਾ, ਜੀ ਤਾਂ ਉਹਨੂੰ ਲੱਗਦਾ ਕਿ ਕੋਈ ਆਇਆ ਇੱਥੇ, ਹੈ ਨਾ। ਸੋ ਉਹਦੇ ਵਾਸਤੇ ਕੋਈ ਚੀਜ਼ ਐਲੀਮੈਂਟ ਚਾਹੀਦਾ ਸੀ। ਸੋ ਉਹ ਫਿਰ ਐਲੀਮੈਂਟ ਸਿੱਧਾ ਜਿਹਾ ਹਿਸਾਬ ਹੈ ਕਿ ਜਦੋਂ ਮੁੰਡਾ ਕੁੜੀ ਪਿਆਰ ਕਰਦੇ ਨੇ ਤਾਂ ਉਹ ਮੁੰਡੇ ਨੇ ਉਹਨੂੰ ਇੱਕ ਟੈਡੀ ਦਿੱਤਾ ਹੋਊਗਾ। ਸੋ ਉੱਥੇ ਇੱਕ ਟੈਡੀ ਦਾ ਆਈਡੀਆ ਆਇਆ ਕਿ ਇੱਕ ਟੈਡੀ ਹੋਊਗਾ ਜਿਹੜਾ ਮੁੰਡੇ ਨੇ ਉਹਨੂੰ ਦਿੱਤਾ ਹੋਊਗਾ, ਉਹੀ ਟੈਡੀ ਉਹਨੇ ਉੱਥੇ ਰੱਖਿਆ ਹੋਊਗਾ। ਸੋ ਇਹ ਚੀਜ਼ਾਂ ਰਿਲੇਟ ਹੋਣਗੀਆਂ ਆਪਸ ਦੇ ਵਿੱਚ, ਇਹ ਆਈਡੀਆ ਆਇਆ। ਇਹ ਆਈਡੀਆ ਆਉਣ ਤੋਂ ਬਾਅਦ ਜਦੋਂ ਟੈਡੀ ਵਾਲਾ ਆਈਡੀਆ ਆਇਆ, ਫਿਰ ਮੇਰੇ ਦਿਮਾਗ 'ਚ ਆਇਆ ਕਿ ਯਾਰ ਵੀ ਮੈਂ ਇੱਦਾਂ ਦਾ ਇੱਕ ਟੈਡੀ ਦੇਖਿਆ ਸੀ ਉੱਥੇ ਰਾਜੂ ਵਰਮੇ ਦੇ ਘਰ, ਸੋ ਉਹਨੂੰ ਯੂਜ਼ ਕੀਤਾ ਜਾਵੇ। ਸੋ ਇਹ ਤੁਸੀਂ ਜਿਵੇਂ ਦੇਖਿਆ ਕਿ ਆਹ ਟੋਪੀ ਇੱਥੋਂ, ਹੁਣ ਜੱਜ ਸਾਹਿਬ ਦੀ ਫਾਈਲ ਕਿਧਰੇ ਚਲੀ ਗਈ, ਸੋ ਇਹ ਵਕੀਲ ਟਾਈਪ ਮੈਨੂੰ ਲੱਗੇ ਜਦੋਂ ਉੱਥੇ, ਤਾਂ ਫਿਰ ਮੇਰੇ ਦਿਮਾਗ 'ਚ ਆਈਡੀਆ ਆਇਆ ਕਿ ਯਾਰ ਕਿਉਂ ਨਾ ਇਹਨੂੰ ਇੱਕ ਕੋਰਟ ਰੂਮ ਸਿਰਜਿਆ ਜਾਵੇ ਕਿ ਜਿਹਨੂੰ ਆਪਾਂ ਇਹ ਪ੍ਰਜੈਂਟ ਕਰੀਏ ਕਿ ਉਹ ਕਿ ਇਹ ਮਿਸਟਰ ਟੈਡ ਨੇ, ਜਿਨ੍ਹਾਂ ਦੀ ਪ੍ਰਾਈਵੇਟ ਅਦਾਲਤ ਹੈ ਅਤੇ ਜਿਹਦੇ ਵਿੱਚ ਉਹ ਫੈਸਲਾ ਹੋ ਰਿਹਾ, ਕਿ ਉਹ ਥੋੜ੍ਹਾ ਜਿਹਾ ਡਰਾਮੈਟਿਕ ਹੋ ਜੂਗਾ, ਹੈ ਨਾ। ਸੋ ਬਸ ਫਿਰ ਹੋ ਗਏ ਕਾਮਯਾਬ ਇਹਦੇ 'ਚ। ਮੈਂ ਜਗਜੀਤ ਨੂੰ ਸੁਣਾਇਆ ਆਈਡੀਆ ਜਦੋਂ ਇਹ, ਤਾਂ ਉਹਨੂੰ ਵੀ ਬਹੁਤ ਚੰਗਾ ਲੱਗਿਆ। ਇਹ ਤੋਂ ਪਹਿਲਾਂ ਫਿਰ ਆਈਡੀਆ ਕੀ ਸੀ ਵੀ ਜੇ ਉਹ ਅਦਾਲਤ ਨਾ ਲੱਗਦੀ, ਉਹ ਫਿਰ ਕਹਾਣੀ ਕੀ ਸੀ? ਉਸ ਤੋਂ ਪਹਿਲਾਂ ਹਜੇ ਆਈਡੀਆ ਕੋਈ ਹੈ ਹੀ ਨਹੀਂ ਸੀ। ਅੱਛਾ। ਉਸ ਤੋਂ ਪਹਿਲਾਂ ਜਿਹੜਾ ਆਈਡੀਆ ਸਟੋਰੀ 'ਚ ਸੀ, ਉਹ ਤਾਂ ਸਿੱਧਾ ਇਹ ਸੀਗਾ ਕਿ ਉਹ ਕੁੜੀ ਨੂੰ ਉੱਥੇ ਬੰਨ ਰਿਹਾ, ਬੰਨਣਾ। ਬੰਨਣ ਤੋਂ ਬਾਅਦ ਕੁੜੀ ਉਹਨੂੰ ਪੁੱਛਦੀ ਤੂੰ ਮੇਰੇ ਨਾਲ ਕਿਉਂ ਕੀਤਾ, ਉਹ ਕੁੜੀ ਨੂੰ ਉਹ ਚੀਜ਼ਾਂ ਯਾਦ ਕਰਾਉਣੀਆਂ ਸ਼ੁਰੂ ਕਰਦਾ ਵੀ ਆਪਾਂ ਉੱਥੇ ਮਿਲੇ ਸੀ, ਤੂੰ ਇੱਦਾਂ ਕੀਤਾ ਸੀ, ਤੂੰ ਉੱਦਾਂ ਕੀਤਾ ਸੀ। ਉਸ ਤੋਂ ਪਹਿਲਾਂ ਇਹ ਸੀ ਜਿਹੜਾ ਕਿ ਮੈਂ ਜਦੋਂ ਸਟੋਰੀ ਸੁਣੀ, ਤਾਂ ਮੈਂ ਸਟੋਰੀ ਸੁਣਦੇ ਸਾਰ ਹੀ ਸਭ ਤੋਂ ਪਹਿਲਾਂ ਮੈਂ ਉਹ ਚੀਜ਼ ਰਿਜੈਕਟ ਕੀਤੀ ਸੀ ਕਿ ਇਹ ਨਹੀਂ ਮੈਂ ਕਰੂੰਗਾ। ਉੱਥੇ ਉਹਦੇ ਵਾਸਤੇ ਕੁਛ ਨਾ ਕੁਛ ਹੋਰ ਚਾਹੀਦਾ ਸੀ। ਉਹ ਜਿੰਨਾ ਚਿਰ ਨਹੀਂ ਉਹ ਆਉਣਾ ਸੀ, ਉਨਾ ਚਿਰ ਫਿਰ ਅਸੀਂ ਫਿਲਮ ਸ਼ੂਟ ਵੀ ਨਹੀਂ ਸੀ ਕਰਨੀ। ਸੋ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਮੇਰੇ ਕੋਲ ਸਟੋਰੀ ਆਉਣ ਤੋਂ ਬਾਅਦ ਪਹਿਲਾ ਆਈਡੀਆ ਇਹੀ ਹੈ। ਉਹ ਕਮਾਲ ਰਿਹਾ, ਹਾਂ ਉਹ ਚੰਗਾ ਰਿਹਾ। ਸੋ ਇੱਕ ਮੈਨੂੰ ਵੈਸੇ ਵੀ ਹੁੰਦਾ ਕਿ ਮੇਰੀ ਫਿਲਮ ਹੈ ਇੱਕ ਜ਼ਿੰਦਗੀ ਜ਼ਿੰਦਾਬਾਦ। ਸੋ ਜ਼ਿੰਦਗੀ ਜ਼ਿੰਦਾਬਾਦ ਦਾ ਉਹਦਾ ਟੀਜ਼ਰ ਆਊਟ ਹੋਇਆ ਸੀ, ਕਦੇ ਯੂਟਿਊਬ 'ਤੇ ਦੇਖਿਓ ਤੁਸੀਂ। ਉਹਦੇ 'ਚ ਮੈਂ ਉਹ ਬੇਸਿਕਲੀ ਕੁਛ ਨਸ਼ੇੜੀ ਨੌਜਵਾਨਾਂ ਦੀ ਕਹਾਣੀ ਹੈ ਕਿ ਨਸ਼ੇੜੀ ਨੌਜਵਾਨ ਜਿਹੜੇ ਹੁੰਦੇ ਆ, ਉਹਨਾਂ ਦੀ ਫੈਮਿਲੀਜ਼ ਦੇ ਨਾਲ ਪਿੱਛੇ ਕੀ ਵਾਪਰਦਾ, ਹੈ ਨਾ। ਸੋ ਉਹਦੇ 'ਚ ਮੈਂ ਸਿੰਬਲ ਦੇ ਤੌਰ 'ਤੇ ਜਿਹੜੇ ਆਪਣੇ ਖੇਤਾਂ 'ਚ ਡਰਨੇ ਗੱਡੇ ਹੁੰਦੇ ਆ, ਸਿੰਬਲ ਦੇ ਤੌਰ 'ਤੇ ਉਹ ਡਰਨੇ ਉਹਦੇ 'ਚ ਯੂਜ਼ ਕੀਤੇ ਆ ਕਿ ਇੱਕ ਸੁਹਾਵਣਾ ਡਰਨਾ, ਸੁਹਾਵਣਾ ਮਤਲਬ ਕਿ ਉਹਦੇ ਸੋਹਣੇ ਕੱਪੜੇ ਪਾਏ ਹੋਏ ਹੱਸਦਾ ਖੇਡਦਾ ਡਰਨਾ, ਅਤੇ ਇੱਕ ਬਿਲਕੁਲ ਇੱਦਾਂ ਦਾ ਡਰਨਾ ਜਿਹੜਾ ਲੱਗਦਾ ਕਿ ਕੰਕਾਲ ਹੀ ਹੋਇਆ ਪਿਆ। ਸੋ ਮੈਨੂੰ ਹਮੇਸ਼ਾ ਹੀ ਹੁੰਦਾ ਕਿ ਹਰ ਪ੍ਰੋਜੈਕਟ ਦੇ ਵਿੱਚ ਕੁਛ ਨਾ ਕੁਛ ਇੱਦਾਂ ਦਾ ਸਿੰਬੋਲਿਕ
ਕੀਤਾ ਜਾਵੇ ਜਾਂ ਇੱਦਾਂ ਦੀਆਂ ਚੀਜ਼ਾਂ ਕੀਤੀਆਂ ਜਾਣ ਜਿਹੜੀਆਂ ਸਵਾਦ ਆਉਂਦਾ ਆਡੀਅੰਸ ਨੂੰ ਜਿਹਨਾਂ ਤੋਂ। ਜਦੋਂ ਕਈ ਵਾਰ ਸਿਨੇਮੇ 'ਚੋਂ ਜਾਂ ਓ ਟੀ ਟੀ ਪਲੇਟਫਾਰਮ 'ਤੇ ਕਈ ਫਿਲਮਾਂ ਐਵੇਂ ਦੀਆਂ ਬੰਦਾ ਵਿੱਚੋਂ ਛੱਡ ਦਿੰਦਾ, ਡਰੈਗ ਹੋਣ ਲੱਗ ਪੈਂਦੀ ਹੈ ਫਿਲਮ, ਕਿ ਉਹ ਡਾਇਰੈਕਟਰ ਨੂੰ ਨਹੀਂ ਪਤਾ ਹੁੰਦਾ ਕਿ ਮੇਰੀ ਫਿਲਮ ਡਰੈਗ ਹੋ ਰਹੀ ਹੈ, ਜਦੋਂ ਉਹਨਾਂ ਨੇ ਆਪ ਵੇਖੀ ਹੈ ਪ੍ਰਿਵਿਊ ਕਰਦਾ ਜਾਂ ਉਹ ਵੇਖ ਕੇ ਫਿਰ ਛੱਡ ਦਿੰਦਾ ਉੱਦਾਂ ਹੀ ਜਾਂ। ਅੱਛਾ, ਇਹ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਦੱਸਦਾ, ਮੈਨੂੰ ਜਿੰਨੇ ਫੋਨ ਆ ਰਹੇ ਆ ਨਾ, ਜਿਹੜੇ ਲੋਕ ਮੈਨੂੰ ਨਹੀਂ ਜਾਣਦੇ, ਮੇਰਾ ਐਕਚੁਲੀ ਇੰਸਟਾ 'ਤੇ ਨੰਬਰ ਪਿਆ ਹੋਇਆ ਸੀਗਾ, ਉੱਥੋਂ ਬਹੁਤ ਸਾਰੇ ਲੋਕਾਂ ਨੇ ਨੰਬਰ ਕੱਢ ਕੱਢ ਕੇ ਮੈਨੂੰ ਫੋਨ ਕੀਤੇ ਪਿੰਡਾਂ 'ਚੋਂ, ਜਿਹੜੀ ਮਤਲਬ ਇੱਕ ਪਿਓਰ ਆਡੀਅੰਸ ਹੈ ਉਹਨਾਂ 'ਚੋਂ। ਉਹਨਾਂ ਦਾ ਜ਼ਿਆਦਾਤਰ ਬੰਦਿਆਂ ਦਾ ਇਹ ਸੀ, ਮਤਲਬ ਫਿਲਮ ਦੀ ਜਿਹੜੀ ਕੀ ਕਹਿੰਦੇ ਆ ਉਹਨੂੰ, ਵਡਿਆਈ ਕਰ ਰਹੇ ਸੀ ਜਾਂ ਉਹ ਪ੍ਰੇਜ਼ ਕਰ ਰਹੇ ਸੀ, ਉਹਨਾਂ ਦਾ ਪ੍ਰੇਜ਼ ਕਰਨ ਦਾ ਜਿਹੜਾ ਪੈਰਾਮੀਟਰ ਹੈ ਉਹ ਵੀ ਇਹ ਹੈ ਕਿ ਬਾਈ ਯਾਰ ਤੇਰੀ ਫਿਲਮ ਦੇਖੀ, ਬਹੁਤ ਵਧੀਆ ਕੰਟੈਂਟ ਆ ਬਾਈ, ਇੱਕ ਥਾਂ ਤੋਂ ਵੀ ਸਾਨੂੰ ਗਾਂਹ ਨਹੀਂ ਟਪਾਉਣੀ ਪਈ, ਨਹੀਂ ਤਾਂ ਕਰ ਦਿੰਦੇ ਬਾਈ, ਕਿਤੋਂ ਵੀ ਸਾਨੂੰ ਗਾਂਹ ਨਹੀਂ ਟਪਾਉਣੀ ਪਈ ਯਾਰ, ਇੱਕ ਸੈਕਿੰਡ ਵੀ ਅੱਖ ਨਹੀਂ ਝਪਕਣ ਦਿੱਤੀ। ਸੋ ਮੈਂ ਬੜਾ ਹੱਸਿਆ, ਮੈਂ ਕਿਹਾ ਯਾਰ ਵੀ ਹੁਣ ਮਤਲਬ ਓ ਟੀ ਟੀ 'ਤੇ ਜਦੋਂ ਦਾ ਕੰਟੈਂਟ ਆਇਆ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਗਾਂਹ ਟਪਾ ਟਪਾ ਕੇ ਵੀ ਦੇਖ ਸਕਦੇ ਹੋ ਵੀ ਹੁਣ ਕੁਛ ਇੰਟਰਸਟਿੰਗ ਆਊਗਾ ਕਿ ਨਹੀਂ ਆਊਗਾ। ਸੋ ਹੁਣ ਫਿਲਮ ਦੇ ਚੰਗੇ ਮਾੜੇ ਹੋਣ ਦਾ ਇੱਕ ਪੈਰਾਮੀਟਰ ਇਹ ਵੀ ਹੈ ਕਿ ਉਹ ਗਾਂਹ ਟਪਾ ਟਪਾ ਕੇ ਦੇਖੀ ਗਈ ਹੈ ਕਿ ਪੂਰੀ ਦੇਖੀ ਗਈ ਹੈ, ਹੈ ਨਾ। ਪਰ ਮੈਂ ਉਹੀ ਕਹਿੰਦਾ ਵੀ ਡਾਇਰੈਕਟਰ ਦੇ ਹੱਥ 'ਚ ਹੁੰਦੀ ਬਈ, ਉਹ ਮੈਂ ਜਿੱਦਾਂ ਆਪਾਂ ਕਈ ਫਿਲਮਾਂ ਵੇਖਦੇ ਹਾਂ, ਫਿਲਮ ਤਾਂ ਨਾ ਤੁਹਾਨੂੰ ਜਦੋਂ ਤੁਸੀਂ ਸ਼ੂਟ 'ਤੇ ਜਾਣਾ ਹੁੰਦਾ, ਜਦੋਂ ਤੁਸੀਂ ਸ਼ੂਟ 'ਤੇ ਜਾਣਾ ਹੁੰਦਾ ਉਦੋਂ ਹੀ ਤੁਹਾਨੂੰ ਪਤਾ ਚੱਲ ਜਾਂਦਾ, ਜਿਹੜਾ ਮੇਰਾ ਤਜਰਬਾ ਉਹ ਤਾਂ ਤੁਹਾਨੂੰ ਉਦੋਂ ਹੀ ਪਤਾ ਚੱਲ ਜਾਂਦਾ, ਉਹਦਾ ਤੁਹਾਡਾ ਜਿਹੜਾ ਸਕਰੀਨ ਪਲੇ ਹੈ ਉਹ ਤਾਂ ਤੁਹਾਨੂੰ ਸਕਰੀਨ ਪਲੇ ਹੀ ਦੱਸ ਦਿੰਦਾ ਕਿ ਇਹ ਕਿੰਨੀ ਇੰਟਰਸਟਿੰਗ ਬਣਨ ਵਾਲੀ ਹੈ ਅਤੇ ਕਿੰਨੀ ਇੰਟਰਸਟਿੰਗ ਨਹੀਂ ਬਣਨ ਵਾਲੀ, ਹੈ ਨਾ। ਸੋ ਮੇਰਾ ਤਾਂ ਇਹੀ ਤਜਰਬਾ ਕਿ ਫਿਲਮ ਦਾ ਸਕਰੀਨ ਪਲੇ ਜਦੋਂ ਬਣਦਾ ਤੁਹਾਡਾ, ਉਦੋਂ ਮਤਲਬ ਮੇਰੇ ਦਿਮਾਗ 'ਚ ਤਾਂ ਪੂਰਾ ਵਿਜੂਅਲ ਇੱਕ ਸਟਾਰਟ ਤੋਂ ਲੈ ਕੇ ਐਂਡ ਤੱਕ ਉਹ ਬਣਿਆ ਹੁੰਦਾ ਵੀ ਕਿੱਥੇ ਡਰੈਗ ਕਰਦੀ ਹੈ, ਕਿੱਥੇ ਕੀ ਹੁੰਦਾ। ਪਰ ਉਹਨਾਂ ਕਹਾਣੀਆਂ 'ਚ ਫਿਰ ਕੀ ਹੁੰਦਾ, ਉਹ ਡਾਇਰੈਕਟਰ ਛੱਡ ਦਿੰਦਾ ਵੀ ਛੱਡ, ਆਪਾਂ ਤਾਂ ਪੈਸੇ ਆਪਣੀ ਫੀਸ ਹੋਈ ਪਈ ਹੈ ਜਾਂ ਪਤਾ ਨਹੀਂ ਬਾਈ, ਇਹ ਉਹਨਾਂ ਨੂੰ ਪਤਾ ਹੋਊਗਾ। ਤੁਸੀਂ ਅਸਿਸਟੈਂਟ ਡਾਇਰੈਕਟਰ ਦੇ ਤੌਰ 'ਤੇ ਵੀ ਕੰਮ ਕੀਤਾ ਹੈ ਨਾ, ਕਈ ਬੰਦਿਆਂ ਨਾਲ ਕੰਮ ਕੀਤਾ, ਉਹਨਾਂ ਦੇ ਨਾਲ ਕੰਮ ਕਰਨ ਤੋਂ ਬਾਅਦ ਹੁਣ ਤੁਸੀਂ ਜਦੋਂ ਆਪਣੀ ਫਿਲਮ ਕਰਦੇ ਹੋ, ਮਤਲਬ ਤਜਰਬਾ ਹੋ ਜਾਂਦਾ ਬੰਦੇ ਨੂੰ ਵਿੱਚੋਂ, ਫਿਰ ਹੁੰਦਾ ਕਿ ਆਹ ਚੀਜ਼ ਨਹੀਂ ਕਰਨੀ ਜਿਹੜਾ ਆਹ ਬੰਦਿਆਂ ਤੋਂ ਵੱਖਰਾ ਇੱਦਾਂ ਮੈਨੂੰ ਦਿਖਾਏਗੀ, ਉਹ ਕਿਹੜੀ ਨੋਟ ਕੀਤੀ ਕੋਈ ਇੱਕ ਵੱਖਰਾ ਜਾਂ ਤੁਹਾਨੂੰ ਲੱਗਦਾ ਕਿ ਯੈਸ ਮੈਂ ਇਹਨਾਂ ਤੋਂ ਹਟ ਕੇ ਆਹ ਕਰੂੰਗਾ? ਨਹੀਂ, ਉਹ ਐਕਚੁਲੀ ਕੀ ਹੈ ਨਾ ਬਈ, ਮੈਂ ਸਿਰਫ ਇੱਕੋ ਚੀਜ਼ ਨੂੰ ਮੰਨਦਾ ਕਿ ਜਦੋਂ ਵੀ ਤੁਸੀਂ ਕਿਸੇ ਕਹਾਣੀ 'ਤੇ ਫਿਲਮ ਬਣਾਉਂਦੇ ਹੋ, ਹੈ ਨਾ, ਸੋ ਹਰ ਕਹਾਣੀ ਹੈ ਜਿਹੜੀ ਉਹਦਾ ਉਹ ਇੱਕ ਟ੍ਰੀਟਮੈਂਟ ਦੀ ਡਿਮਾਂਡ ਕਰਦੀ ਹੈ, ਹੈ ਨਾ। ਸੋ ਜਦੋਂ ਤੁਸੀਂ ਉਹ ਕਹਾਣੀ ਨੂੰ ਜਿਹੜਾ ਟ੍ਰੀਟਮੈਂਟ ਚਾਹੀਦਾ, ਜੇ ਤੁਸੀਂ ਉਹ ਐਕੂਰੇਟ ਐਪਰੋਪ੍ਰੀਏਟ ਟ੍ਰੀਟਮੈਂਟ ਉਹਨੂੰ ਦੇਤਾ, ਹੈ ਨਾ, ਤਾਂ ਉਹ ਇੱਕ ਵਧੀਆ ਫਿਲਮ ਬਣੂਗੀ ਅਤੇ ਉਹ ਬਾਕੀ ਫਿਲਮਾਂ ਨਾਲੋਂ ਵੱਖਰੀ ਹੀ ਹੋਊਗੀ। ਸੋ ਮਤਲਬ ਮੈਂ ਇੱਦਾਂ ਸੋਚ ਕੇ ਕੁਛ ਨਹੀਂ ਕਰਦਾ। ਹਾਂ, ਇੱਕ ਚੀਜ਼ ਜ਼ਰੂਰ ਹੈ ਜਿਹੜੀ ਮੈਂ ਨਹੀਂ ਕਰਦਾ, ਉਹ ਮੈਂ ਇਹ ਨਹੀਂ ਕਰਦਾ ਕਿ ਮੈਂ ਇਹ ਦਿਖਾਉਣ ਵਾਸਤੇ ਕਦੇ ਨਹੀਂ ਫਿਲਮ ਬਣਾਉਂਦਾ ਕਿ ਫਿਲਮ ਸਿਰਫ ਮੈਨੂੰ ਹੀ ਬਣਾਉਣੀ ਆਉਂਦੀ ਹੈ। ਇੱਥੇ ਬਹੁਤ ਬੰਦਿਆਂ ਦੀ ਬਹੁਤ ਬੰਦੇ ਇਸ ਚੀਜ਼ 'ਚ ਬਹੁਤ ਬੰਦੇ ਫੇਲ ਹੋਏ ਨੇ ਜਿਹੜੇ ਇੱਦਾਂ ਥਾਪੀ ਮਾਰ ਕੇ ਆਉਂਦੇ ਹੁੰਦੇ ਆ, ਯਾਰ ਮੈਂ ਦੱਸੂੰ ਲੋਕਾਂ ਨੂੰ ਫਿਲਮ ਕਿਵੇਂ ਬਣਾਈ ਦੀ ਹੁੰਦੀ ਹੈ, ਹੈ ਨਾ, ਕਿਸੇ ਨੂੰ ਨਹੀਂ ਆਉਂਦਾ ਸਿਨੇਮਾ ਸਿਨੂਮਾ, ਮੈਂ ਸਿਖਾਊਂ ਲੋਕਾਂ ਨੂੰ ਕਿਵੇਂ ਫਿਲਮ ਬਣਾਈ ਦੀ ਹੈ। ਸੋ ਮੈਨੂੰ ਇਹ ਲੱਗਦਾ ਕਿ ਸਾਰੇ ਬੰਦੇ ਯਾਰ ਆਪੋ ਆਪਦਾ ਵਧੀਆ ਕੰਮ ਕਰ ਰਹੇ ਨੇ। ਸੋ ਮੈਂ ਤਾਂ ਸਿਰਫ ਇਸ ਚੀਜ਼, ਮੈਂ ਇੱਕ ਵਧੀਆ ਫਿਲਮ ਬਣਾਉਣ ਵਾਸਤੇ ਫਿਲਮ ਬਣਾਉਣਾ, ਮੈਂ ਲੋਕਾਂ ਤੋਂ ਇਹ ਕਹਾਉਣ ਵਾਸਤੇ ਨਹੀਂ ਮੈਂ ਕਦੇ ਵੀ ਫਿਲਮ ਬਣਾਉਂਦਾ, ਇਹ ਸੋਚ ਕੇ ਨਹੀਂ ਮੈਂ ਬਣਾਉਂਦਾ ਕਿ ਮੈਂ ਲੋਕਾਂ ਨੂੰ ਸਿਨੇਮਾ ਦੱਸੂਗਾ ਕੀ ਹੁੰਦਾ। ਸਭ ਨੂੰ ਆਪਣੀ ਆਪਣੀ ਸਮਝ ਜਿੰਨੀ ਜਿੰਨੀ ਹੈਗੀ ਆ ਉਹ ਸਾਰਿਆਂ ਨੂੰ ਪਤਾ ਹੀ ਹੈ। ਸੋ ਜਦੋਂ ਤੁਸੀਂ ਇਹ ਸੋਚ ਕੇ ਫਿਲਮ ਬਣਾਉਂਦੇ ਹੋ ਤਾਂ ਤੁਹਾਡਾ ਕੰਮ ਹੈ ਜਿਹੜਾ ਉਹ ਕਦੇ ਫੇਲ ਨਹੀਂ ਹੁੰਦਾ, ਤੁਸੀਂ ਚੰਗੀ ਫਿਲਮ ਹੀ ਬਣਾਓਗੇ। ਜੇ ਤੁਸੀਂ ਸਿਰਫ ਉਹ ਚੀਜ਼ 'ਤੇ ਧਿਆਨ ਦਿੰਦੇ ਹੋ ਕਿ ਇਹ ਮੇਰੀ ਸਟੋਰੀ ਹੈ, ਇਸ ਸਟੋਰੀ ਨੂੰ ਕਿਸ ਟ੍ਰੀਟਮੈਂਟ ਦੀ ਡਿਮਾਂਡ ਹੈ, ਹੈ ਨਾ, ਫਿਰ ਵਧੀਆ ਹੀ ਬਣਦੀ ਹੈ। ਸੋ ਅਦਰਵਾਈਜ਼ ਜੇ ਤੁਸੀਂ ਹੁਣ ਇਸ ਤਰੀਕੇ ਨਾਲ ਫਿਲਮ ਬਣਾਉਣ ਲੱਗ ਗਏ ਕਿ ਜਿਵੇਂ ਹੁਣ ਆਪਾਂ ਇੰਟਰਵਿਊ ਕਰ ਰਹੇ ਹਾਂ, ਹੈ ਨਾ, ਸੋ ਸਾਡੇ ਅਸਲ ਦੇ ਵਿੱਚ ਨਾ ਜ਼ਿਆਦਾ ਫਿਲਮਾਂ ਇੰਟਰਵਿਊ ਵਾਂਗੂ ਹੀ ਬਣਾ ਦਿੰਦੇ ਆ ਵੀ ਜਿਵੇਂ ਤੁਸੀਂ ਵੀ ਇੱਕ ਕੈਮਰੇ ਨਾਲ ਇੱਧਰੋਂ ਸ਼ੋਟ ਲੈ ਲਿਆ, ਆਪਾਂ ਦੋਨੋਂ ਬੈਠੇ ਹਾਂ, ਵਾਈਡ ਇੱਕ ਉੱਥੋਂ ਲੈ ਲਿਆ, ਇੱਕ ਇੱਥੋਂ ਲੈ ਲਿਆ। ਸਾਡੇ ਸਿਨੇਮੇ 'ਚ ਜਿਹੜੀ ਹੈਗੀ ਹੈ ਨਾ ਉਹ ਥੋੜ੍ਹੀ ਜਿਹੀ ਕਈ ਵਾਰੀ ਸਿਨੇਮੈਟਿਕ ਲੈਂਗੁਏਜ ਆ ਜਿਹੜੀ ਉਹ ਮਿਸ ਹੋ ਜਾਂਦੀ ਹੈ। ਸੋ ਇਸ ਕਰਕੇ ਮੈਂ ਤਾਂ ਸਲਾਹ ਵੀ ਸਾਰਿਆਂ ਨੂੰ ਇਹੀ ਦਿਊਂਗਾ ਕਿ ਬਸ ਕਹਾਣੀ ਦੀ ਇੱਕ ਡਿਮਾਂਡ ਹੁੰਦੀ ਹੈ, ਉਹ ਟ੍ਰੀਟਮੈਂਟ ਅਤੇ ਉਹ ਸਿਨੇਮੈਟਿਕ ਲੈਂਗੁਏਜ ਉਹਦੇ 'ਚ ਹੋਣੀ ਚਾਹੀਦੀ ਹੈ।
ਤੁਹਾਡੇ ਕੰਮ ਦੀ ਸ਼ੈਲੀ ਤੋਂ ਪਤਾ ਲੱਗਦਾ ਵੀ ਐਕਸਪੈਰੀਮੈਂਟਲ ਹੋ, ਜਿੰਨਾ ਕੁ ਮੈਂ ਵੇਖਿਆ, ਜਿੰਨਾ ਕੁ ਮੈਂ ਜਾਣਦਾ ਐਕਸਪੈਰੀਮੈਂਟ ਕਰਦੇ ਹੋ। ਪਰ ਪੰਜਾਬੀ ਆਡੀਅੰਸ ਇੱਦਾਂ ਦੀ ਮਚੋਰ ਹੋ ਚੁੱਕੀ ਆ ਜਾਂ ਹੋਵੇਗੀ ਕਿ ਡਾਇਰੈਕਟਰ ਦੇ ਨਾਮ ਨੂੰ ਜਿੱਦਾਂ ਆਪਾਂ ਬਾਲੀਵੁੱਡ 'ਚ ਕਹਿੰਦੇ ਹਾਂ, ਹਾਲੀਵੁੱਡ 'ਚ ਕਹਿੰਦੇ ਹਾਂ, ਫਿਲਮਾਂ ਵੇਖੀਆਂ ਜਾਂਦੀਆਂ, ਪੰਜਾਬੀ ਦੇ ਅੰਦਰ ਇੱਦਾਂ ਦਾ ਕਦੋਂ ਕਦੋਂ ਹੋਊਗਾ ਵੀ ਡਾਇਰੈਕਟਰ ਦੇ ਨਾਮ ਨੂੰ ਬੰਦੇ ਜਾਣਗੇ? ਆ ਜੂਗਾ ਬਈ ਦੌਰ ਹੌਲੀ ਹੌਲੀ। ਹਲੇ ਤਾਂ ਮਤਲਬ ਸਾਡਾ ਸਿਨੇਮਾ ਮਚੋਰ ਹੋ ਰਿਹਾ। ਮਚੋਰ ਹੋਣ ਤੋਂ ਭਾਵ ਇਹ ਹੈ ਕਿ ਜਦੋਂ ਸਿਨੇਮੇ ਦੇ ਵਿੱਚ ਵੱਖਰੀ ਵੱਖਰੀ ਤਰ੍ਹਾਂ ਦੇ ਐਕਸਪੈਰੀਮੈਂਟ ਹੁੰਦੇ ਆ, ਸੋ ਉਦੋਂ ਹੀ ਸਿਨੇਮਾ ਮਚੋਰ ਹੁੰਦਾ। ਜਦੋਂ ਵੱਖਰੀ ਵੱਖਰੀ ਤਰ੍ਹਾਂ ਦੇ ਐਕਸਪੈਰੀਮੈਂਟ ਹੁੰਦੇ ਆ ਤਾਂ ਫਿਰ ਹੀ ਬੰਦੇ ਦੇ ਨਾਮ ਤੋਂ, ਡਾਇਰੈਕਟਰ ਦੇ ਨਾਮ ਤੋਂ, ਕਿਉਂਕਿ ਜਦੋਂ ਅਲੱਗ ਅਲੱਗ ਸ਼ੈਲੀ ਦੇ ਬੰਦੇ ਆਉਣਗੇ, ਜਦੋਂ ਤੱਕ ਫਿਲਮਾਂ ਇਹੀ ਬਣ ਰਹੀਆਂ ਨੇ ਕਿ ਜਿਵੇਂ ਇੱਕ ਕੋਮੇਡੀ ਫਿਲਮ ਬਣੀ, ਦੂਸਰੀ ਕੋਮੇਡੀ ਬਣੀ, ਤੀਸਰੀ ਕੋਮੇਡੀ ਬਣੀ, ਬਈ ਆਪਾਂ ਵੀ ਇਦਾਂ ਦੀ ਬਣਾਉਣੀ ਹੈ, ਉਹਦੇ ਵਿੱਚ ਰੈਫਰੈਂਸ ਦਿੰਦੇ ਆ, ਤਾਂ ਉਦੋਂ ਤੱਕ ਇਹ ਚੀਜ਼ ਨਹੀਂ ਪੋਸੀਬਲ ਹੈਗੀ ਕਿ ਨਾ ਤਾਂ ਕਿਸੇ ਰਾਈਟਰ ਦਾ ਨਾਮ ਉਵੇਂ ਉੱਭਰ ਕੇ ਆਊਗਾ, ਨਾ ਕਿਸੇ ਡਾਇਰੈਕਟਰ ਦਾ ਨਾਮ ਉਵੇਂ ਉੱਭਰ ਕੇ ਆਊਗਾ। ਉਹ ਨਾਮ ਉਹਦੀ ਉੱਭਰਨਗੇ ਜਦੋਂ ਸਾਰੇ ਜਣੇ ਕਿਸੇ ਨਾ ਕਿਸੇ ਸ਼ੈਲੀ ਨੂੰ ਫੜ ਕੇ ਕੰਮ ਕਰਨਗੇ, ਜਾਂ ਮਤਲਬ ਚੰਗਾ ਸਿਨੇਮਾ, ਜਦੋਂ ਤੁਸੀਂ ਚੰਗਾ ਸਿਨੇਮਾ ਪ੍ਰੋਜੈਕਟ ਛੱਡ ਕੇ ਚੰਗਾ ਸਿਨੇਮਾ ਬਣਾਉਣ ਵਾਲੇ ਪਾਸੇ ਆਓਗੇ, ਉਦੋਂ ਇਹ ਚੀਜ਼ਾਂ ਹੋਣਗੀਆਂ। ਹਲੇ ਇੱਕੋ ਤਰ੍ਹਾਂ ਦੀਆਂ ਫਿਲਮਾਂ ਜਦੋਂ ਤੱਕ ਬਣ ਰਹੀਆਂ ਨੇ ਉਦੋਂ ਤੱਕ ਕੀ ਲੋਕ ਯਾਦ ਰੱਖਣ ਵੀ ਆ ਫਲਾਨੀ ਕਿਹਨੇ ਬਣਾਈ ਸੀ ਅਤੇ ਉਹ ਕਿਹਨੇ ਬਣਾਈ ਸੀ, ਹੈ ਨਾ। ਸੋ ਹੁਣ ਸਿਨੇਮਾ ਸਾਡਾ ਹੋ ਰਿਹਾ ਮਚੋਰ ਬਈ, ਜਿਵੇਂ ਲੀਕ ਤੋਂ ਹਟਵੀਆਂ ਫਿਲਮਾਂ ਬਣ ਰਹੀਆਂ ਨੇ, ਜਿਵੇਂ ਆ ਹੁਣ ਤੁਣਕਾ ਤੁਣਕਾ, ਉਹ ਵੀ ਇੱਕ ਐਕਸਪੈਰੀਮੈਂਟ ਸੀ, ਹੈ ਨਾ। ਉਹਨੇ ਫਿਜ਼ੀਕਲੀ, ਮੈਂ ਵੈਸੇ ਫਿਲਮ ਦੇਖ ਨਹੀਂ ਪਾਇਆ ਹਲੇ ਤੱਕ ਉਹ, ਕਿਉਂਕਿ ਮੈਂ ਹੁਣ ਵੀ ਸ਼ੂਟ 'ਚ ਬਿਜ਼ੀ ਹੋਇਆ ਹੋਇਆ, ਮੈਂ ਉਹਨੂੰ ਦੇਖਣਾ ਚਾਹੁੰਦਾ ਕਦੇ ਪਿਆਰ ਨਾਲ ਬੈਠ ਕੇ, ਜਿਵੇਂ ਇਹਦੇ 'ਤੇ ਪਈ ਆ ਉਹ ਚੌਪਾਲਤੀ ਹੈਗੀ ਹੈ, ਹੈ ਨਾ। ਸੋ ਉਸ ਤੋਂ ਬਾਅਦ ਜਿਹੜਾ ਜਿਵੇਂ ਕਿਸਮਤ ਹੈ, ਪਹਿਲੀ ਕਿਸਮਤ ਸੀ ਜਾਂ ਦੂਸਰੀ ਕਿਸਮਤ ਹੈ, ਉਹ ਟੋਟਲੀ ਇੱਕ ਸਿਨੇਮੈਟਿਕ ਲਵ ਸਟੋਰੀ ਹੈ। ਪਿੱਛੇ ਇਹਨਾਂ ਨੇ ਐਮੀ ਬਾਈ ਹੋਰਾਂ ਦੀ ਫਿਲਮ ਬਣਾਈ ਸੀ ਹਰਜੀਤਾ, ਹੈ ਨਾ, ਉਹ ਜਾਂ ਉਸ ਤੋਂ ਪਹਿਲਾਂ ਦਲਜੀਤ ਬਾਈ ਦੀ ਫਿਲਮ ਸੀ ਪੰਜਾਬ 1984। ਸੋ ਸਮੇਂ ਸਮੇਂ 'ਤੇ ਐਕਸਪੈਰੀਮੈਂਟ ਤਾਂ ਹੁੰਦੇ ਰਹਿੰਦੇ ਆ, ਲੀਕ ਤੋਂ ਹਟਵੀਆਂ ਫਿਲਮਾਂ ਬਣਦੀਆਂ ਰਹੀਆਂ ਨੇ। ਬਟ ਸਾਡੇ ਇਹ ਹੈ ਕਿ ਇੱਕ ਫਿਲਮ ਲੀਕ ਤੋਂ ਹਟਵੀਂ ਬਣ ਜਾਂਦੀ ਹੈ, ਫਿਰ ਥੋੜ੍ਹਾ ਜਿਹਾ ਚਿਰ ਉਹੀ ਚੀਜ਼ਾਂ ਚੱਲ ਪੈਂਦੀਆਂ, ਫਿਰ ਇੱਕ ਫਿਲਮ ਲੀਕ ਤੋਂ ਹਟਵੀਂ ਬਣਦੀ ਹੈ, ਫਿਰ ਉਹੀ ਚੱਲ ਪੈਂਦਾ। ਸੋ ਇਹ ਗਿਣਤੀ ਹੌਲੀ ਹੌਲੀ ਵਧਣੀ ਸ਼ੁਰੂ ਹੋ ਜੂਗੀ, ਜਿਵੇਂ ਹੁਣ OTT ਦੇ ਆਉਣ ਨਾਲ ਥੋੜ੍ਹਾ ਜਿਹਾ ਇਹ ਚੀਜ਼ ਦਾ ਫਰਕ ਪਿਆ, ਲੋਕਡਾਊਨ ਨੇ ਇਸ ਚੀਜ਼ ਦਾ ਫਰਕ ਪਾਇਆ, ਹੈ ਨਾ। ਸੋ ਮੈਂ ਤੁਹਾਨੂੰ ਆਪਦਾ ਤਜਰਬਾ ਦੱਸਦਾ ਕਿ ਮੇਰੀ ਜਿਹੜੀ ਫਿਲਮ ਜ਼ਿੰਦਗੀ ਜ਼ਿੰਦਾਬਾਦ ਹੈ, ਉਹ ਤੋਂ ਪਹਿਲਾਂ ਰਿਲੀਜ਼ ਹੋਣੀ ਸੀ ਲੋਕਡਾਊਨ ਤੋਂ, ਬਟ ਉਦੋਂ ਕਿਸੇ ਕਾਰਨ ਕਰਕੇ ਅਸੀਂ ਰਿਲੀਜ਼ ਨਹੀਂ ਕਰ ਪਾਏ, ਉਸ ਤੋਂ ਬਾਅਦ ਲੋਕਡਾਊਨ ਲੱਗ ਗਿਆ। ਜਦੋਂ ਲੋਕਡਾਊਨ ਲੱਗ ਗਿਆ, ਮੈਨੂੰ ਇਸ ਚੀਜ਼ ਦਾ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਲੱਗਦਾ ਸੀ, ਮੈਂ ਖੈਰ ਹੁਣ ਲੋਕਡਾਊਨ ਲੱਗ ਗਿਆ, ਪਤਾ ਨਹੀਂ ਸਿਨੇਮੇ ਕਦੋਂ ਖੁੱਲ੍ਹਣਗੇ, ਜਦੋਂ ਉਦੋਂ ਤੱਕ ਫਿਲਮ ਰਿਲੀਜ਼ ਕਰਾਂਗੇ ਕਿ ਉਦੋਂ ਤੱਕ ਪਤਾ ਨਹੀਂ ਇਹ ਰੈਲੇਵੈਂਟ ਹੋਊਗੀ ਕਿ ਨਹੀਂ ਹੋਊਗੀ, ਉਦੋਂ ਲੋਕਾਂ ਨੂੰ ਪੁਰਾਣੀ ਤਾਂ ਨਹੀਂ ਲੱਗਣ ਲੱਗ ਜੂਗੀ। ਬਟ ਲੋਕਡਾਊਨ ਦੇ ਵਿੱਚ ਜੋ ਚੀਜ਼ਾਂ ਵਾਪਰੀਆਂ ਕਿ ਜਿਵੇਂ ਲੋਕਾਂ ਨੇ ਨੈੱਟਫਲਿਕਸ ਸਾਰਾ ਛਾਣਤਾ, ਐਮਾਜ਼ੋਨ ਸਾਰਾ ਛਾਣਤਾ, ਵਰਲਡ ਸਿਨੇਮਾ ਘਰ ਵਿਹਲੇ ਬੈਠੇ ਦੇਖੀ ਗਏ ਲੋਕ, ਸੋ ਉਹਦੇ ਨਾਲ ਜਿਹੜੀ ਇੱਕ ਲੋਕਾਂ ਆਡੀਅੰਸ ਦੇ ਅੰਦਰ ਜਿਹੜੀ ਇੱਕ ਸਮਝ ਡਿਵੈਲਪ ਹੋ ਗਈ, ਸਮਝ ਤਾਂ ਚਲੋ ਪਹਿਲਾਂ ਵੀ ਸੀ, ਸਮਝ ਦੀ ਗੱਲ ਨਹੀਂ ਕਿ ਤੁਹਾਡੀਆਂ ਅੱਖਾਂ ਨੂੰ ਕੀ ਚੰਗਾ ਲੱਗਣ ਲੱਗ ਗਿਆ ਉਹ ਦੇਖ ਦੇਖ ਕੇ, ਸੋ ਉਹਦੇ ਨਾਲ ਹੁਣ ਮੈਨੂੰ ਜ਼ਿਆਦਾ ਖੁਸ਼ੀ ਹੋ ਗਈ ਕਿ ਯਾਰ ਉਦੋਂ ਫਿਲਮ ਨਹੀਂ ਰਿਲੀਜ਼ ਹੋਈ ਸਗੋਂ ਦੀ ਵਧੀਆ, ਕਿਉਂਕਿ ਹੁਣ ਜਿਹੜੇ ਟਾਈਪ ਦਾ ਕੰਟੈਂਟ ਲੋਕ ਦੇਖਣ ਲੱਗ ਗਏ, ਮੈਂ ਤਾਂ ਬਣਾਈ ਵੀ ਉਹੀ ਬੈਠਾ ਕਿ ਉਦੋਂ ਸ਼ਾਇਦ ਲੋਕਾਂ ਨੂੰ ਉੱਨੀ ਚੰਗੀ ਨਾ ਲੱਗਦੀ ਜਿੰਨੀ ਚੰਗੀ ਉਹ ਹੁਣ ਲੱਗੂਗੀ, ਕਿਉਂਕਿ ਉਹ ਵੀ ਟੋਟਲੀ ਇੱਕ ਐਕਸਪੈਰੀਮੈਂਟਲ, ਬਹੁਤ ਨੈਚੁਰਲ ਟ੍ਰੀਟਮੈਂਟ ਰੱਖ ਕੇ ਬਣਾਈ ਹੋਈ ਫਿਲਮ ਹੈ। ਸੋ ਹੁਣ ਮੇਰੇ ਖਿਆਲ ਦੇ ਵਿੱਚ ਜਦੋਂ ਜਿਵੇਂ ਜਿਵੇਂ ਸਾਨੂੰ ਸਾਡੇ ਮੇਕਰਸ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਹੁਣ ਆਡੀਅੰਸ ਦੀ ਡਿਮਾਂਡ ਹੈਗੀ ਹੈ ਆਹ ਚੀਜ਼ਾਂ ਦੀ, ਹੁਣ ਲੋਕ ਦੇਖ ਲੈਣਗੇ ਤਾਂ ਬਹੁਤ ਸਾਰੇ ਲੋਕ ਹੁਣ ਲੀਕ ਤੋਂ ਹਟਵੀਆਂ ਫਿਲਮਾਂ ਬਣਾਉਣਗੇ, ਫਿਰ ਹੀ ਉਹ ਚੀਜ਼ ਪੋਸੀਬਲ ਹੋਊਗੀ। ਤੁਹਾਡੀ ਫਿਲਮ ਦੇ ਅੰਦਰ ਪੰਜੀ ਦਾ ਕਰੈਕਟਰ ਮੈਨੂੰ ਯਾਦ ਆ ਗਿਆ ਅਚਾਨਕ ਹੀ, ਉਹ ਬਹੁਤ ਕਮਾਲ ਦਾ ਇੱਕ ਕਰੈਕਟਰ ਸੀਗਾ ਜਿਹੜਾ ਪੰਜੀ ਦਾ, ਜਿਵੇਂ ਉਹ ਉਹਦੇ ਨਾਲ ਚਲੋ ਯਾਰੀ ਦੋਸਤੀ 'ਚ ਬੰਦਾ ਬਹੁਤ ਕੁਛ ਕਰਦਾ, ਪਰ ਉਹ ਅਖੀਰ ਵਾਲਾ ਸੀਨ ਜਦੋਂ ਇੱਥੇ ਫੇਰਦਾ, ਹਾਂਜੀ ਇੱਥੇ ਆਈਡੀਏ ਵੀ ਪਹਿਲਾਂ ਕਈ ਲਾਏ ਮੈਂ ਵੀ ਇੱਥੋਂ ਖਾਊਗਾ ਜਾਂ ਆਪਣੀ ਗੱਲ ਹੋ ਰਹੀ ਸੀ, ਕਈ ਤੁਸੀਂ ਕਹਿੰਦੇ ਵੀ ਛਾਲ ਮਾਰੂਗਾ ਕੋਈ ਕਹਿੰਦਾ ਸੀ, ਪਰ ਉਹ ਆਖਿਰ ਕੱਟ ਹੀ ਮਾਰਦਾ। ਹਾਂਜੀ ਹਾਂਜੀ, ਉਹ ਬਹੁਤ ਕਮਾਲ ਕਰੈਕਟਰ ਸੀਗਾ। ਨਹੀਂ ਉਹ ਮੁੰਡਾ ਬਹੁਤ ਵਧੀਆ ਐਕਟਰ ਹੈ ਜੀ, ਮਹੰਤੀ ਸ਼ਰਮਾ ਜੈਤੋ ਤੋਂ ਆਹੋ। ਸੋ ਪਹਿਲਾਂ ਵੀ ਉਹਨੇ ਕਈ ਫਿਲਮਾਂ ਦੇ ਵਿੱਚ ਉਹਨੇ ਬਹੁਤ ਛੋਟੇ ਛੋਟੇ ਕਰੈਕਟਰ ਕੀਤੇ ਹੋਏ ਨੇ ਕਿ ਉਹ ਤੁਸੀਂ ਉਹ ਫਿਲਮਾਂ ਵੀ ਦੇਖੀਆਂ ਹੋਣਗੀਆਂ ਤਾਂ ਵੀ ਤੁਹਾਨੂੰ ਕਿਤੇ ਉਹਦਾ ਯਾਦ ਨਹੀਂ ਹੋਊਗਾ ਕਿ ਇਹਨੇ ਇਹਦੇ 'ਚ ਵੀ ਕਰੈਕਟਰ ਆਹ ਵੀ ਕਰੈਕਟਰ ਇਹਨੇ ਕੀਤਾ, ਕਿਉਂਕਿ ਉਹ ਬਹੁਤ ਛੋਟੇ ਕਰੈਕਟਰ ਸੀਗੇ, ਹੈ ਨਾ। ਈਵਨ ਕਿ ਜੋਰਾ 10 ਨੰਬਰੀਆ 'ਚ ਵੀ ਉਹਨੇ ਇੱਕ ਕਰੈਕਟਰ ਕੀਤਾ ਸੀਗਾ, ਹੈ ਨਾ। ਅਤੇ ਜਦੋਂ ਇਹ ਹੁਣ ਜਿਹੜਾ ਪੰਜੀ ਵਾਲਾ ਕਰੈਕਟਰ ਸੀਗਾ, ਇਹਦੇ 'ਚ ਮੈਨੂੰ ਸੀ ਕਿ ਯਾਰ ਇਹ ਇੱਦਾਂ ਦਾ ਬੰਦਾ ਹੀ ਚਾਹੀਦਾ ਜਿਹੜਾ
ਪ੍ਰੋਪਰ ਉਹ ਜਿਹਾ ਲੱਗੇ ਹੈ ਨਾ, ਉਹ ਤੋਂ ਅਸੀਂ ਲੰਘ ਵੀ ਮਰਵਾਉਣਾ ਸੀ, ਉਹ ਸਾਰਾ ਕੁਛ ਸੀ। ਅਤੇ ਹਾਲਾਂਕਿ ਮੇਰੇ 'ਤੇ ਥੋੜ੍ਹਾ ਬਹੁਤਾ ਤਾਂ ਸੀ ਪ੍ਰੈਸ਼ਰ ਇਸ ਗੱਲ ਦਾ ਕਿ ਯਾਰ ਫਿਲਮ ਦੇ ਵਿੱਚ ਚਿਹਰੇ ਵੀ ਭਰਨੇ ਆ, ਹੋਰ ਚਲੋ ਜਗਜੀਤ ਤਾਂ ਹੈ ਹੀ ਹੈ ਆਪਣੇ ਕੋਲ, ਬਾਕੀ ਹੋਰ ਵੀ ਚਿਹਰੇ ਆਪਾਂ ਭਰੀਏ। ਫਿਰ ਜਦੋਂ ਮੇਰੀ ਜਗਜੀਤ ਨਾਲ ਗੱਲ ਹੋਈ, ਜਗਜੀਤ ਵੀ ਇਹੀ ਚਾਹੁੰਦਾ ਸੀਗਾ ਕਿ ਯਾਰ ਇਹਦੇ 'ਚ ਕੋਈ ਨਵਾਂ ਬੰਦਾ ਲੈ ਕੇ ਆਈਏ, ਜੇ ਆਪਾਂ ਉਹ ਤੋਂ ਸਹੀ ਤਰੀਕੇ ਨਾਲ ਕਰਵਾ ਗਏ ਤਾਂ ਉਹ ਇੱਕ ਬਹੁਤ ਮਤਲਬ ਇੱਕ ਫੈਕਟਰ ਆਪਾਂ ਨੂੰ ਫਾਇਦਾ ਦੇਣ ਵਾਲਾ ਵੀ ਹੋਊਗਾ ਉਹ, ਅਤੇ ਨਾਲੇ ਕਿਸੇ ਚੰਗੇ ਐਕਟਰ ਨੂੰ ਕੰਮ ਮਿਲੂਗਾ, ਕੋਈ ਚੰਗਾ ਐਕਟਰ ਖੜ੍ਹਾ ਹੋਊਗਾ। ਸੋ ਅੱਗੇ ਤੋਂ ਵੀ ਇਹ ਮੇਰਾ ਰਹੂਗਾ ਬਈ ਹਰ ਫਿਲਮ ਦੇ ਵਿੱਚ ਹੀ ਕਿ ਨਵੇਂ ਐਕਟਰਾਂ ਨੂੰ ਲੱਭ ਕੇ ਲਿਆਂਦਾ ਜਾਵੇ, ਨਵੇਂ ਐਕਟਰਾਂ ਨੂੰ ਲੱਭ ਕੇ ਲਿਆਂਦਾ ਜਾਵੇ, ਕਿਉਂਕਿ ਤੁਹਾਡੀ ਇੰਡਸਟਰੀ ਦੇ ਵਿੱਚ ਨਾ ਸਾਰਾ ਕੁਛ ਹੀ ਬਹੁਤਾਤ 'ਚ ਹੋਣਾ ਚਾਹੀਦਾ। ਤੁਹਾਡੇ ਕੋਲ ਰਾਈਟਰਸ ਵੀ ਬਹੁਤਾਤ 'ਚ ਹੋਣੇ ਚਾਹੀਦੇ ਆ, ਕੰਟੈਂਟ ਵੀ, ਐਕਟਰਸ ਵੀ, ਤਾਂ ਤੁਹਾਡਾ ਸਿਨੇਮਾ ਗਰੋ ਕਰਦਾ। ਚੰਗੀ ਗੱਲ, ਨਹੀਂ ਤਾਂ ਥੀਏਟਰ ਵਾਲੇ ਬੰਦਿਆਂ ਦਾ ਤਾਂ ਵਿਚਾਰਿਆਂ ਦਾ ਸ਼ਿਕਵਾ ਹੀ ਹੈ ਕਿ ਜਿਹੜੇ ਵੱਡੇ ਚਿਹਰੇ ਨੇ, ਜਿੱਦਾਂ ਸਿੰਗਰਸ ਦੀ ਤੁਸੀਂ ਗੱਲ ਕਰ ਰਹੇ ਸੀ ਆਪਾਂ ਕਰਦੇ, ਵੀ ਉਹ ਜਿਹੜੇ ਪਹਿਲੇ ਪ੍ਰੋਡਕਸ਼ਨ ਹਾਊਸ ਆ ਉਹ ਲਿਮਿਟਡ ਜਿਹੇ ਬੰਦੇ, ਉਹਨਾਂ ਦੇ ਫਿਕਸ ਆ, ਉਹਨਾਂ ਨੂੰ ਹੀ ਵਾਰ ਵਾਰ ਮੌਕਾ ਮਿਲੀ ਜਾ ਰਿਹਾ। ਹਾਂ, ਹੁਣ ਇਹ ਵਿਚਾਰੇ ਮਹੰਤੀ ਸ਼ਰਮਾ ਵਰਗੇ ਬਈ ਇਹ ਜਦੋਂ ਦੇ ਹੈਗੇ ਵੀ ਵਿਚਾਰੇ ਗਰੀਬ ਪਰਿਵਾਰਾਂ 'ਚੋਂ ਨੇ, ਅਤੇ ਦਿਹਾੜੀ ਕਰ ਕਰਕੇ ਆਪਦਾ ਘਰ ਚਲਾਉਂਦੇ ਆ, ਪਰ ਫਿਰ ਵੀ ਇਹਨਾਂ ਨੂੰ ਥੀਏਟਰ ਦਾ ਐਡਾ ਜਨੂਨ ਹੈ ਕਿ ਜਦੋਂ ਤੇ ਇਹ ਮਤਲਬ 8-8, 9-9 ਸਾਲ ਦੇ ਸੀਗੇ ਉਦੋਂ ਤੋਂ ਇਹ ਥੀਏਟਰ 'ਚ ਬੜੇ ਹੋਏ ਨੇ, ਔਰ ਉੱਦਾਂ ਦੇ ਬੰਦੇ ਆ ਜਿਨ੍ਹਾਂ ਦੀ ਥੀਏਟਰ ਵਾਲੀ ਕੋਈ ਬੈਕਗਰਾਊਂਡ ਹੀ ਹੈ ਨਹੀਂ, ਨਾ ਥੀਏਟਰ ਵਾਲੀ ਨਾ ਫਿਲਮ ਵਾਲੀ ਕੋਈ ਬੈਕਗਰਾਊਂਡ ਨਹੀਂ, ਦਿਹਾੜੀ ਕਰਕੇ ਆਪਦਾ ਘਰ ਚਲਾਉਂਦੇ ਨੇ, ਫਿਰ ਵੀ ਥੀਏਟਰ ਵਾਲਾ ਜਿਹੜਾ ਜਨੂਨ ਆ ਉਹ ਇੰਨਾ ਜ਼ਿਆਦਾ ਹੈ ਵੀ ਥੀਏਟਰ ਨਹੀਂ ਛੱਡਦੇ ਪਤੰਦਰ, ਹੈ ਨਾ। ਵੀ ਜਿਵੇਂ ਹੁਣ ਆਹ ਕਿਸਾਨੀ ਮੋਰਚਾ ਜਦੋਂ ਲੱਗਿਆ ਤਾਂ ਬਹੁਤ ਸਾਰੇ ਐਸੀਆਂ ਟੀਮਾਂ ਸੀ ਇਹੋ ਜੀ, ਇਹ ਮਹੰਤੀ ਸ਼ਰਮਾ ਵਰਗੇ ਬੰਦੇ ਜਾਂ ਹੋਰ ਵੀ ਬਹੁਤ ਥਾਵਾਂ 'ਤੇ ਜਿਹੜੇ ਗਰੀਬ ਵੀ ਨੇ ਪਰ ਉਹ ਚੱਕ ਕੇ ਡਫਲੀਆਂ ਪਿੰਡਾਂ 'ਚ ਤੁਰ ਪਏ ਲੋਕਾਂ ਨੂੰ ਜਾਗਰੂਕ ਕਰਨ, ਹੈ ਨਾ। ਸੋ ਇੱਦਾਂ ਦੇ ਬੰਦਿਆਂ ਨੂੰ ਅੱਗੇ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ, ਸਾਡੇ ਸਮਾਜ ਨੂੰ ਇਸ ਚੀਜ਼ ਦਾ ਬਹੁਤ ਵੱਡਾ ਫਾਇਦਾ, ਕਿਉਂਕਿ ਇਹ ਲੋਕ ਤਾਂ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਆ। ਜਿਵੇਂ ਮੈਂ ਤੁਹਾਨੂੰ ਗੱਲ ਦੱਸੀ ਕਿ ਜਦੋਂ ਬਿਲਾਂ ਵਾਲੀ ਗੱਲ ਹੋ ਗਈ ਸੀ ਤਾਂ ਬਹੁਤ ਸਾਰੀਆਂ ਥੀਏਟਰ ਦੀਆਂ ਐਸੀਆਂ ਟੀਮਾਂ ਸੀ ਜਿਹੜੇ ਆਪੀ ਡਫਲੀਆਂ ਲੈ ਕੇ ਪਿੰਡਾਂ 'ਚ ਨਿਕਲ ਗਏ। ਚੰਗੀ ਗੱਲ ਹੈ ਵੀ ਤੁਸੀਂ ਇੱਦਾਂ ਇਹਨਾਂ ਬੰਦਿਆਂ ਦੀ ਜ਼ਿੰਮੇਵਾਰੀ ਲੈ ਰਹੇ ਹੋ, ਅਤੇ ਸਿਨੇਮੇ ਦੇ ਅੰਦਰ ਹੋਰ ਕੀ ਸੋਚ ਰਹੇ ਹੋ ਵੀ ਮੈਂ ਇੱਦਾਂ ਦਾ ਸਿਨੇਮਾ ਦੇਣਾ, ਇੱਕ ਬੰਦਾ ਵਿਜ਼ਨ ਲੈ ਕੇ ਚੱਲਦਾ? ਦੇਖੋ, ਪਹਿਲੀ ਗੱਲ ਇਹ ਹੈ ਕਿ ਮੈਂ ਇਹ ਸੋਚਦਾ ਕਿ ਮੇਰੀਆਂ ਜਿਹੜੀਆਂ ਫਿਲਮਾਂ ਹੋਣ ਉਹਦੇ 'ਚ ਸਮਾਜ ਵਾਸਤੇ ਕੋਈ ਨਾ ਕੋਈ ਮੈਸੇਜ ਜਾਂ ਕੋਈ ਨਾ ਕੋਈ ਸੇਧ ਜ਼ਰੂਰੀ ਹੋਵੇ, ਪਹਿਲੀ ਗੱਲ ਇਹ ਹੈ। ਦੂਜੀ ਗੱਲ ਇਹ ਹੈ ਕਿ ਕਈ ਵਾਰੀ ਮੈਨੂੰ ਕੋਈ ਕਹਾਣੀ ਇੰਨੀ ਜ਼ਿਆਦਾ ਚੰਗੀ ਲੱਗੇ ਕਿ ਜਿਹੜੀ ਕਿ ਸਿਰਫ ਐਂਟਰਟੇਨਿੰਗ ਹੈ, ਜਿਹਦੇ 'ਚ ਕੋਈ ਸਮਾਜ ਵਾਸਤੇ ਮੈਸੇਜ ਨਹੀਂ ਹੈਗਾ, ਤਾਂ ਉੱਥੇ ਮੇਰਾ ਵਿਊ ਇਹ ਹੁੰਦਾ ਕਿ ਚਲੋ ਜੇ ਮੈਸੇਜ ਨਹੀਂ ਹੈਗਾ ਤਾਂ ਸਿਰਫ ਐਂਟਰਟੇਨਮੈਂਟ ਵਾਸਤੇ ਵੀ ਇੱਕ ਅੱਧੀ ਫਿਲਮ ਬਣਾਈ ਜਾ ਸਕਦੀ ਹੈ, ਬਟ ਉਹਦੇ 'ਚ ਇਹ ਚੀਜ਼ ਨੋਟ ਕਰਨ ਵਾਲੀ ਹੁੰਦੀ ਹੈ ਕਿ ਇਹਦੇ 'ਚ ਫਿਰ ਕੋਈ ਗਲਤ ਮੈਸੇਜ ਨਾ ਹੋਵੇ। ਤੀਸਰੀ ਚੀਜ਼ ਇਹ ਹੈ ਕਿ ਮੈਂ ਮਤਲਬ ਕੋਈ ਪਾਰਟੀਕੁਲਰ ਨਹੀਂ ਹੈਗਾ ਕਿਸੇ ਚੀਜ਼ ਵਾਸਤੇ, ਮੈਂ ਸਾਰੇ ਹੀ ਜੋਨਰ ਕਰਨੇ ਚਾਹੁੰਦਾ। ਜੇ ਮੈਂ ਕਦੇ ਕਾਮੇਡੀ ਫਿਲਮ ਵੀ ਬਣਾਊਂਗਾ ਤਾਂ ਉਹ ਵੀ ਐਕਸਪੈਰੀਮੈਂਟਲ ਹੀ ਹੋਊਗੀ, ਉਹ ਵੀ ਮਤਲਬ ਉਹ ਕਾਮੇਡੀ ਨਹੀਂ ਮੈਂ ਕਦੇ ਵੀ ਬਣਾਊਂਗਾ ਕਿ ਜਿਹੜਾ ਇੱਕ ਸਟੇਜ ਡਰਾਮਾ ਹੁੰਦਾ ਜਿਹੜੀ ਇੱਕ ਚੁਟਕਲੇ ਵਾਲੀ ਕਾਮੇਡੀ ਹੁੰਦੀ ਹੈ, ਸੋ ਉਹ ਮੈਂ ਕਦੇ ਨਹੀਂ ਬਣਾਊਂਗਾ। ਚੰਗੀ ਗੱਲ ਹੈ, ਜਿਵੇਂ ਪਲੀਜ਼ ਕਿਲਮੀ 'ਚ ਲੱਗਾ ਨਹੀਂ ਕੋਈ ਕਰੈਕਟਰ ਵਾਧੂ ਆ ਜਾਂ ਓਵਰਲੋਡਡ ਹੈ, ਔਰ ਸਾਰਾ ਕੁਝ ਬੜਾ ਨੈਚੁਰਲ ਸੀ, ਚਾਹੇ ਉਹ ਪੂਰੀ ਪੁਲਿਸ ਫੋਰਸ ਵਾਲੇ ਸੀਨ ਸੀਗੇ, ਉਹ ਸਾਰੇ ਕਰੈਕਟਰ ਸੀ, ਚਾਹੇ ਬਾਕੀ ਜਿੰਨੇ ਵੀ ਆ, ਇਹ ਮੈਨੇਜ ਕਰਕੇ ਰੱਖਣਾ ਵੀ ਬੜਾ ਟਫ ਹੈ ਵੈਸੇ। ਕਲਰ ਸਕਦੀ ਹੈ ਚੀਜ਼ਾਂ, ਠੀਕ ਹੈ ਬਈ, ਕੰਮ ਹੁੰਦਾ ਹਰ ਬੰਦੇ ਦਾ, ਸੋ ਮੈਨੂੰ ਉਹ ਚੀਜ਼ਾਂ ਨਹੀਂ ਮੁਸ਼ਕਲ ਲੱਗਦੀਆਂ। ਸੋ ਮੈਨੂੰ ਬੜਾ ਮਤਲਬ ਜਿਹੜਾ ਇਹ ਕੰਮ ਹੈ ਇਹ ਬਹੁਤ ਸਵਾਦ ਆਉਂਦਾ, ਇਹਦੇ 'ਚੋਂ ਬਹੁਤ ਮਜ਼ਾ ਆਉਂਦਾ, ਸੋ ਮੈਨੂੰ ਤਾਂ ਨਹੀਂ ਲੱਗਦਾ ਕਿ ਉਹਦੇ 'ਚ ਕੁਛ ਟਫ ਹੈਗਾ। ਅਗਲੀ ਮੁਲਾਕਾਤ, ਮੈਂ ਵੈਸੇ ਹਰੇਕ ਮੁਲਾਕਾਤ 'ਚ ਐਵੇਂ ਕਹਿੰਦਾ ਉਹਨਾਂ ਬੰਦੇ ਨੂੰ ਵੀ ਅਗਲੀ ਮੁਲਾਕਾਤ ਲਈ ਰੱਖ ਲਈਏ ਗੱਲਾਂ, ਕਿਉਂਕਿ ਇੰਨੇ ਨਾਲ ਮਿਲਦੇ ਰਹਾਂਗੇ। ਨਹੀਂ ਨਹੀਂ ਬਿਲਕੁਲ ਬਾਈ, ਬਿਲਕੁਲ। ਅਤੇ ਤੁਹਾਨੂੰ ਗੁੱਡ ਲੱਕ ਵੀ ਤੁਹਾਡੇ ਜਿਹੜੇ ਆਉਣ ਵਾਲੇ ਪ੍ਰੋਜੈਕਟ ਨੇ ਹੋਰ ਵੀ, ਉਹ ਵੀ ਇੱਦਾਂ ਹੀ ਅਸੀਂ ਉਮੀਦ ਕਰੀਏ ਵੀ ਹਾਂ ਕੋਈ ਬੰਦਾ ਹੈਗਾ ਜਿਹੜਾ ਵੱਖਰਾ ਦੇ ਰਿਹਾ। ਥੈਂਕ ਯੂ ਬਾਈ, ਥੈਂਕ ਯੂ, ਤੁਸੀਂ ਇੰਨਾ ਸਮਝਦੇ ਹੋ ਅਤੇ ਵਧੀਆ ਗੱਲ ਹੈ। ਚਲੋ ਠੀਕ ਹੈ ਜੀ, ਤੁਹਾਡਾ ਸ਼ਾਰਟ ਮੈਨੂੰ ਲੱਗਦਾ ਰੈਡੀ ਹੋਇਆ ਪਿਆ ਉੱਧਰ ਪਹੁੰਚੋ। ਤੋ ਦੋਸਤੋ, ਇਹ ਸਨ ਪ੍ਰੇਮ ਸਿੱਧੂ, ਉਮੀਦ ਕਰਦਾ ਕਿ ਅੱਜ ਦੀਆਂ ਇਹ ਗੱਲਾਂ ਬਾਤਾਂ ਜ਼ਰੂਰ ਤੁਹਾਨੂੰ ਪਸੰਦ ਆਈਆਂ ਹੋਣੀਆਂ। ਫਿਰ ਕਿਸੇ ਦਿਨ ਕਿਸੇ ਹੋਰ ਬੰਦੇ ਦੇ ਨਾਲ, ਕਿਸੇ ਹੋਰ ਸ਼ਖਸੀਅਤ ਦੇ ਨਾਲ ਰੂਬਰੂ ਹੋਵਾਂਗੇ। ਤਦ ਤੱਕ ਲਈ ਰੱਬ ਰਾਖਾ।